ਨਮਸਕਾਰ ਜੀ ਅੱਜ ਆਪਾਂ ਨਾ ਜਿਹੜਾ ਹੈਗਾ ਹਿਸਟਰੀ ਲੈਕਚਰਾਰ ਦਾ ਪੇਪਰ ਲੈ ਕੇ ਆਏ ਆ ਜਿਹੜਾ 2016 ਚ ਆਇਆ ਸੀ ਠੀਕ ਹੈ origional ਪੇਪਰ ਆ ਬਿਲਕੁਲ ਜਮਾ ਇਹਦੇ ਚ ਤੁਹਾਨੂੰ ਦੱਸ ਦਈਏ ਕਿ ਉਸ ਟਾਈਮ ਤੇ ਦੋ ਪੇਪਰ ਹੋਏ ਸੀ ਖੋਇਆ ਸੀ ਐਪਟੀਟਿਊਡ ਦਾ ਤੇ ਦੂਜਾ ਹੋਇਆ ਸੀਗਾ ਜਿਹੜਾ ਆਪਣਾ ਸਬਜੈਕਟ ਦਾ ਹਿਸਟਰੀ ਦਾ ਠੀਕ ਹੈ ਜੀ ਸੋ ਇਹ ਦੋ ਪੇਪਰ ਹੋਏ ਸੀ ਉਦੋਂ ਪਰ ਹੋਣ ਵਾਲੇ ਨੋਟੀਫਿਕੇਸ਼ਨ ਦੇ ਵਿੱਚ ਇਹ ਪੇਪਰ ਹੈ ਨਹੀਂਗਾ ਬਹੁਤ ਬੱਚਿਆਂ ਦਾ ਕੁਐਸਚਨ ਆ ਰਿਹਾ ਕਿ ਐਪਟੀਟਿਊਡ ਦਾ ਪੇਪਰ ਹੋਵੇਗਾ ਨਹੀਂ ਹੋਵੇਗਾ ਸਿਰਫ ਹਿਸਟਰੀ ਦਾ ਪੇਪਰ ਹੋਵੇਗਾ 150 ਅੰਕ ਦਾ ਠੀਕ ਹੈ ਜੀ ਸੋ ਪੇਪਰ ਕਿਉਂ ਜਾ ਹੋਊਗਾ ਕਿਵੇਂ ਦਾ ਪੈਨਲ ਹੈ ਉਹਦਾ ਤੇ ਉਹਦਾ ਜਿਹੜਾ ਮਟੀਰੀਅਲ ਹੈ ਸੌਖਾ ਹੈ ਕਿ ਔਖਾ ਹੈ ਠੀਕ ਹੈ ਇਹ ਸਾਰਾ ਆਪਾਂ ਹੱਲ ਕਰਨ ਜਾ ਰਹੇ ਹਾਂ ਤੇ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਹੁਤ ਜ਼ਰੂਰ ਕਰੋ ਕਿਉਂਕਿ ਲੈਕਚਰਰ ਦੇ ਕੰਮ ਆਉਣ ਵਾਲੀਆਂ ਤੁਹਾਡੀਆਂ ਵੀਡੀਓ ਹਿਸਟਰੀ ਦੀਆਂ ਅਪਲੋਡ ਆਪਾਂ ਕਰ ਚੁੱਕੇ ਹਾਂ ਜਿਹੜੀਆਂ ਮਾਸਟਰ ਕੈਡਰ ਦੇ ਵੀ ਕੰਮ ਆਉਣਗੀਆਂ ਤੇ ਨਾਲ ਦੀ ਨਾਲ ਲੈਕਚਰਰ ਦੇ ਵੀ ਤੇ ਦੂਜੀ ਗੱਲ ਟੈਲੀਗ੍ਰam ਲਿੰਕ ਤੇ ਡਿਸਕਸ਼ਨ ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਡਿਸਕਸ਼ਨ ਗਰੁੱਪ ਟੈਲੀਗ੍ਰam ਦਾ ਦੋਨਾਂ ਨੂੰ ਜੁਆਇਨ ਕਰ ਲਓ ਠੀਕ ਹੈ ਜੀ ਉੱਥੇ ਤੁਹਾਨੂੰ ਇਹ 올ਡ ਪੇਪਰ ਵੇਦ ਆਨਸਰ ਕੀ ਮਿਲੂਗਾ ਤੀਜੀ ਗੱਲ ਕਿ ਜੇਕਰ ਤੁਸੀਂ ਸਾਡਾ ਬੈਚ ਹੈ ਜਿਹੜਾ ਆਨਲਾਈਨ ਜੁਆਇਨ ਕਰਨਾ ਚਾਹੁੰਦੇ ਹੋ ਹਿਸਟਰੀ ਲੈਕਚਰਰ ਦਾ ਠੀਕ ਹੈ ਜੀ ਤਾਂ ਉਹ ਆਪਣਾ ਚੱਲ ਰਿਹਾ ਤੁਸੀਂ ਸਾਨੂੰ 90562 ਤੇ 76003 ਤੇ ਕੰਟੈਕਟ ਕਰ ਸਕਦੇ ਹੋ ਜੀ 9056276003 ਤੇ ਸਿਰਫ ਵਟਸਐਪ ਕੰਟੈਕਟ ਕਰਨਾ ਓਨਲੀ ਠੀਕ ਹੈ ਕਾਲ ਨਾ ਕਰਨਾ ਪਲੀਜ਼ ਕਿਉਂਕਿ ਕਾਲ ਕਈ ਵਾਰ ਨਹੀਂ ਅਟੈਂਡ ਹੁੰਦੀ ਹੈ ਨਾ ਜਿਆਦਾ ਕਾਲਸ ਆਉਂਦੀਆਂ ਤਾਂ WhatsApp ਤੇ ਮੈਸੇਜ ਕਰਕੇ ਛੱਡ ਦਿਓ ਇਹਦਾ ਜਵਾਬ ਤੁਹਾਨੂੰ ਜਰੂਰ ਮਿਲੇਗਾ ਸੋ ਤੁਸੀਂ ਆਪਦਾ ਨਾਮ ਤੇ ਲੈਕਚਰਰ ਹਿਸਟਰੀ ਠੀਕ ਹੈ ਜੇ ਮਾਸਟਰ ਕੈਡਰ ਦੀ ਕੋਚਿੰਗ ਲੈ ਰਹੇ ਹੋ ਤਾਂ ਆਪਣਾ ਨਾਮ ਮਾਸਟਰ ਕੈਡਰ ਸਬਜੈਕਟ ਐਸਐਸਟੀ ਠੀਕ ਹੈ ਜੀ ਇਵੇਂ ਦਾ ਲਿਖ ਸਕਦੇ ਹੋ ਐਸਐਸਟੀ ਦੇ ਵਿੱਚ ਤੁਹਾਨੂੰ ਹਿਸਟਰੀ ਤੇ ਸਵਿਕਸ ਦੀਆਂ ਜਿਹੜੀਆਂ ਹੈਗੀਆਂ ਬੈਚ ਦੀਆਂ ਕਲਾਸਾਂ ਸਾਡੇ ਦੁਆਰਾ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਫੀਸ ਬਹੁਤ ਘੱਟ ਹੈ ਮਾਸਟਰ ਕੈਟਰ ਦੀ ਫੀਸ ਹੈ ਜਿਹੜੀ ਲਗਭਗ 40-50% ਡਿਸਕਾਊਂਟ ਹੈ ਤੇ ਇਹਦੇ ਵਿੱਚ ਲਗਭਗ 20% ਡਿਸਕਾਊਂਟ ਹੈ ਲੈਕਚਰਰ ਆਰ ਦੇ ਵਿੱਚ ਠੀਕ ਹੈ ਜੀ ਪਹਿਲਾਂ ਵਾਲੀ ਫੀਸ ਨਾਲ ਸੋ ਤੁਸੀਂ WhatsApp ਤੇ ਜਰੂਰ ਕੰਟੈਕਟ ਕਰਨਾ ਸਾਡੇ ਨਾਲ ਆਓ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਜਿਹੜਾ ਇਹ ਪੇਪਰ ਹੈ ਹਿਸਟਰੀ ਲੈਕਚਰਰ ਦਾ ਪੇਪਰ ਹੈ ਇਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਅਸੀਂ ਇਹ ਦੇਖੋ ਗਾਈਡ ਲਾਈਨਸ ਹੁੰਦੀਆਂ ਜਿਹੜੀਆਂ ਤੇ ਨੋ 네ਗੇਟਿਵ ਮਾਰਕਿੰਗ ਠੀਕ ਹੈ 노 네ਗੇਟਿਵ ਮਾਰਕਿੰਗ ਹੈ ਪ੍ਰਸ਼ਨ ਵੀ ਆ ਰਿਹਾ ਤਾਂ ਸੋ ਇਸ ਵਾਰ ਵੀ 노 네ਗੇਟਿਵ ਮਾਰਕਿੰਗ ਹੀ ਹੋਵੇਗੀ ਤੇ ਜਿਹੜਾ ਤੁਹਾਡਾ ਇਹ ਸਾਰੀਆਂ ਗਾਈਡਲਾਈਨਸ ਤੁਹਾਨੂੰ ਮਿਲ ਜਾਣਗੀਆਂ ਇਹਨਾਂ ਤੇ ਆਪਾਂ ਟਾਈਮ ਨਹੀਂ ਜ਼ਾਇਆ ਕਰਦੇ ਸੋ ਦੇਖੋ ਪਹਿਲਾ ਪ੍ਰਸ਼ਨ ਦੇਖੋ ਜੀ ਕਹਿੰਦੇ ਕਿ ਪੰਜਾਬ ਪੰਜਾਬੀ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਮੈਂ ਤੁਹਾਨੂੰ ਆਪਸ਼ਨਾਂ ਨਹੀਂ ਪੜ੍ਹਾਂਗਾ ਕਿਉਂਕਿ ਆਪਾਂ ਹੱਲ ਕਰਨਾ ਹੈ ਆਪਸ਼ਨਾਂ ਨੂੰ ਤੁਸੀਂ ਖੁਦ ਰੀਡ ਕਰ ਲੈਣਾ ਤੁਹਾਨੂੰ ਪੀਡੀਐਫ ਮਿਲ ਜੂਗੀ ਇਹ ਟੈਲੀਗ੍ਰਾਮ ਤੇ ਵੀ ਤੇ ਵਟਸਐਪ ਗਰੁੱਪ ਤੇ ਵੀ ਸੋ ਇਹਦਾ ਆਨਸਰ ਹੈ ਜਿਹੜਾ ਜੀ ਬੀ ਹੈ 파르시 ਭਾਸ਼ਾ ਤੋਂ ਲਿਆ ਗਿਆ ਸ਼ਬਦ ਹੈ ਤੁਹਾਨੂੰ ਇੱਥੋਂ ਇਹ ਗਾਈਡੈਂਸ ਹੋ ਜੂਗੀ ਕਿ ਸਾਨੂੰ ਪੇਪਰ ਕੇਸ ਲੈਵਲ ਦਾ ਆਉਣਾ ਹੈ ਜਿਹੜੇ ਬੱਚੇ ਪਹਿਲੀ ਵਾਰ ਮਾਸਟਰ ਕਿਡ ਸੌਰੀ ਲੈਕਚਰਰ ਦਾ ਪੇਪਰ ਦੇਣ ਜਾ ਰਹੇ ਹੈ ਠੀਕ ਹੈ ਤੇ ਜਿਨ੍ਹਾਂ ਨੂੰ ਐਕਸਪੀਰੀਅੰਸ ਨਹੀਂ ਹੈ ਉਹਨਾਂ ਦੇ ਲਈ ਬਹੁਤ ਜ਼ਰੂਰੀ ਵੀਡੀਓ ਹੈ ਤੇ ਸਾਰਿਆਂ ਦੇ ਲਈ ਜ਼ਰੂਰੀ ਤਾਂ ਹੈ ਕਿਉਂਕਿ ਤੁਹਾਡੀ ਰਿਵਾਈ ਇੱਕ ਤਰ੍ਹਾਂ ਦਾ ਰਿਵੀਜ਼ਨ ਹੋ ਜੂਗੀ ਪੈਟੋਪਟਾਮੀਆ ਦਾ ਦੂਸਰਾ ਨਾਮ ਕੀ ਸੀਗਾ ਜੀ ਤਾਂ ਦੂਸਰਾ ਨਾਮ ਕੀ ਸੀ অপਸ਼ਨ ਸੀ ਪੰਜਾਬ ਠੀਕ ਹੈ ਪੰਜਾਬ ਇਹਦਾ ਦੂਸਰਾ ਨਾਮ ਸੀ ਪੈਟੋਪਟਾਮੀਆ ਦਾ ਆਪਾਂ ਪੜਦੇ ਆ ਹਿਸਟਰੀ ਦੇ ਵਿੱਚ ਸੋ ਮੈਂ ਤੁਹਾਨੂੰ ਜਿਆਦਾ ਡਿਸਕਸ਼ਨ ਇਹਦੇ ਵਿੱਚ ਨਹੀਂ ਲੈ ਕੇ ਜਾਵਾਂਗਾ ਕਿਉਂਕਿ 150 ਕੁਐਸਚਨ ਆ ਵੀਡੀਓ ਫਿਰ ਬਹੁਤ ਜਿਆਦਾ ਲੰਬੀ ਹੋ ਜਾਊਗੀ ਤੀਜਾ ਪ੍ਰਸ਼ਨ ਦੇਖੋ ਜੀ ਤੀਜੇ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ ਆਦ ਗ੍ਰੰਥ ਦਾ ਸੰਕਲਨ ਕਿਸ ਨੇ ਕੀਤਾ ਤਾਂ ਆਦ ਗ੍ਰੰਥ ਦਾ ਸੰਕਲਨ ਕਿਹਨੇ ਕੀਤਾ ਸੀ ਜੀ ਗੁਰੂ ਅਰਜਨ ਦੇਵ ਜੀ ਨੇ ਪੰਜਵੇਂ ਗੁਰੂ ਆਦ ਗ੍ਰੰਥ ਵਿੱਚ ਸਭ ਤੋਂ ਜਿਆਦਾ ਸ਼ਲੋਕ ਕਿਸ ਦੇ ਆ ਜੀ ਤਾਂ ਕਿਸ ਦੇ ਆ ਜੀ ਸਭ ਤੋਂ ਜਿਆਦਾ ਸ਼ਲੋਕ ਚੌਥਾ ਪ੍ਰਸ਼ਨ ਤੁਹਾਡਾ ਤੇ ਇਹ ਗੁਰੂ ਅਰਜਨ ਦੇਵ ਜੀ ਦੇ ਆ 2216 ਸੌਰੀ ਅਗਲਾ ਪ੍ਰਸ਼ਨ ਲੈਣੇ ਆ ਜੀ ਅਗਲੇ ਪ੍ਰਸ਼ਨ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਕਿ ਬਾਬਾ ਫਰੀਦ ਬਿਲੋਂਗ ਟੂ ਦ ਸਿਟੀ ਬਾਬਾ ਫਰੀਦ ਕਿਸ ਸ਼ਹਿਰ ਦੇ ਨਾਲ ਸੰਬੰਧ ਰੱਖਦੇ ਸਨ ਤਾਂ ਚਾਰੇ ਸ਼ਹਿਰ ਦਿੱਤੇ ਹੋਏ ਆ ਤਾਂ ਪੰਜਵੇਂ ਦਾ ਆਨਸਰ ਹੈਗਾ ਜੀ ਡੀ ਪਾਕ ਪਟਣ ਦੇ ਨਾਲ ਠੀਕ ਹੈ ਇੱਥੇ ਪੱਤਨ ਪਾਇਆ ਹੋਇਆ ਵੈਸੇ ਪਾਕ ਪਟਣ ਆ ਇਹ ਠੀਕ ਹੈ ਜੀ ਅੱਗੇ ਦੇਖੋ ਜੀ ਭਗਤ ਜੈਦੇਵ ਸੰਬੰਧ ਰੱਖਦੇ ਸਨ ਭਗਤ ਜੈਦੇਵ ਆ ਜਿਹੜੇ ਉਹ ਸੰਬੰਧ ਰੱਖਦੇ ਸੀ ਤਾਂ ਇਹਦਾ ਵੀ ਬੀ ਆ ਜਿਹੜਾ ਆਨਸਰ ਆਉ ਸਹੀ ਹੈ ਭਗਤ ਬੰਗਾਲ ਦੇ ਨਾਲ ਭਗਤ ਜਯਦੇਵ ਜੀ ਸੰਬੰਧ ਰੱਖਦੇ ਸੀ ਅੱਗੇ ਦੇਖੋ ਜੀ ਆਪਾਂ ਨੂੰ 7ਵਾਂ ਪ੍ਰਸ਼ਨ ਆ ਰਿਹਾ ਕਿ ਪੋਠੋਹਾਰ ਦਾ ਖੇਤਰ ਦੇ ਦਿਵਾਲੇ ਦਾ ਇਲਾਕਾ ਹੈ 7ਵਾਂ ਪ੍ਰਸ਼ਨ ਦੇਖੋ ਪੋਠੋਹਾਰ ਦਾ ਖੇਤਰ ਦਾ ਦਿਵਾਲੇ ਦਾ ਖੇਤਰ ਹੈ ਤਾਂ ਇਹ ਕਿਹੜਾ ਕਿੱਥੋਂ ਦਾ ਜੀ ਰਾਵਲਪਿੰਡੀ ਤੇ ਜੇਲਮ ਦੇ ਦਿਵਾਲੇ ਦਾ ਖੇਤਰ ਹੈ ਪੋਠੋਹਾਰ ਦਾ ਇਲਾਕਾ ਅੱਗੇ ਦੇਖੋ ਜੀ ਇਹ ਭੂਗੋਲਕ ਵਿਸ਼ੇਸ਼ਤਾਵਾਂ ਚਵਾਇਆ ਹੋਇਆ ਕੁਐਸਚਨ ਆ ਤੁਹਾਡਾ ਅੱਗੇ 8ਵਾਂ ਪ੍ਰਸ਼ਨ ਗੁਰੂ ਨਾਨਕ ਦੇਵ ਬਟਾਲੇ ਨਾਲ ਇਸ ਮੌਕੇ ਕਰਕੇ ਜੁੜੇ ਕਿਉਂ ਜੁੜੇ ਸੀਗੇ ਜੀ ਬਟਾਲੇ ਨਾਲ ਤਾਂ ਇਹ ਕਾਦੇ ਲਈ ਜੁੜੇ ਸੀਗੇ ਇਹਨਾਂ ਦਾ ਵਿਆਹ ਹੋਇਆ ਸੀ ਇੱਥੇ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਦਾ ਇੱਥੇ ਗੁਰਦੁਆਰਾ ਸਾਹਿਬ ਵਿਸਥਾ ਸ਼शोਭਤਾ ਇਸ ਟਾਈਮ ਤੇ ਗੁਰੂ ਨਾਨਕ ਦੇਵ ਜੀ ਨੇ ਨੌਕਰੀ ਕੀਤੀ ਸੀ ਤੱਕੀ ਦੀ ਨੌਕਰੀ ਕੀਤੀ ਸੀ ਜਾਂ ਕਿੱਥੇ ਨੌਕਰੀ ਕੀਤੀ ਸੀ ਠੀਕ ਹੈ ਜੀ ਜੇ ਆਪਸ਼ਨਾਂ ਦੇ ਵਿੱਚ ਤੁਹਾਨੂੰ ਨਾ ਆਉਂਦਾ ਤਾਂ ਦੌਲਤਰਾਮ ਸੀ ਇੱਥੇ ਆਪਾਂ ਨੂੰ ਆਇਆਗਾ ਆਪਸ਼ਨਾਂ ਦੇ ਵਿੱਚ ਸ਼ਹਿਰ ਤਾਂ ਉਹ ਕੀ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਠੀਕ ਹੈ ਜੀ ਨੌ ਦਾ ਤੁਹਾਡਾ 20 ਆਨਸਰ ਹੈ ਜਿਹੜਾ ਉਹ ਬਿਲਕੁਲ ਸਹੀ ਆਨਸਰ ਹੈ ਅੱਗੇ ਆਜੋ ਜੀ 10 ਨੰਬਰ ਪ੍ਰਸ਼ਨ ਤੇ ਗੁਰਗੱਦੀ ਤੋਂ ਤੇ ਬੈਠਣ ਤੋਂ ਪਹਿਲਾਂ ਲੈਣਾ ਕਿਸ ਗੁਰੂ ਦਾ ਨਾਮ ਸੀ ਵੇਖੋ ਕਿੰਨੇ ਸੌਖੇ ਸੌਖੇ ਕੁਐਸਚਨ ਆਏ ਹੋਏ ਆ ਤੁਹਾਨੂੰ ਹਨਾ ਦਸਵੇਂ ਦਾ ਦੇਖੋ ਜੀ ਕਿਹਦਾ ਨਾਮ ਸੀ ਲੈਣਾ ਤਾਂ ਗੁਰੂ ਅੰਗਦ ਦੇਵ ਜੀ ਦਾ ਸ੍ਰੀ ਚੰਦ ਦੇ ਉਨਿਆਈ ਜ਼ਿਆਦਾਤਰ ਜਾਣੇ ਜਾਂਦੇ ਸਨ ਤਾਂ ਕਿਹੜੇ ਨਾਮ ਨਾਲ ਜਾਣੇ ਜਾਂਦੇ ਸੀਗੇ ਜੀ ਸ੍ਰੀ ਚੰਦ ਦੇ ਉਨਿਆਈ ਜਾਣੇ ਜਾਂਦੇ ਸਨ ਤਾਂ ਉਦਾਸੀ ਮਤ ਦੇ ਨਾਲ ਨਾਮ ਨਾਲ ਇਹਨਾਂ ਦੇ ਸੰਖੇਪ ਨੂੰ ਜਾਣਿਆ ਜਾਂਦਾ ਸੀ ਤਾਂ ਉਦਾਸੀਏ ਜਾਂ ਉਦਾਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿਹੜੇ ਗੁਰੂ ਗਵਿੰਦਵਾਲ ਵਿਖੇ ਵਸੇ ਸਨ ਤਾਂ ਦੇਖੋ ਤੁਹਾਡਾ ਜਿਹੜਾ ਹੈਗਾ ਇਹ 12ਵਾਂ ਪ੍ਰਸ਼ਨ ਹੈ ਨਾ ਤੇ ਇਹਦਾ ਆਨਸਰ ਆ ਤੁਹਾਡਾ ਏ ਆ ਰਿਹਾ ਜੀ ਗੁਰੂ ਅਮਰਦਾਸ ਜੀ ਹੈ ਜਿਹੜੇ ਉਹ ਗੋਵਿੰਦਵਾਲ ਦੇ ਵਿੱਚ ਬਸੇ ਸੀ ਅੱਗੇ ਦੇਖੋ ਜੀ ਗੁਰੂ ਕਾ ਚੱਕ ਦਾ ਪੁਰਾਣਾ ਨਾਂ ਕੀ ਹੈ ਜੀ ਹੈ ਨਾ ਗੁਰੂ ਕਾ ਚੱਕ ਪੁਰਾਣਾ ਨਾਂ ਕਿਹੜੇ ਸ਼ਹਿਰ ਦਾ ਹੈਗਾ ਸੌਰੀ ਕਿਹੜੇ ਸ਼ਹਿਰ ਦਾ ਪੁਰਾਣਾ ਨਾਂ ਹੈ 13ਵੇਂ ਪ੍ਰਸ਼ਨ ਦਾ ਆਨਸਰ ਤੁਹਾਡਾ ਬੀ ਅਮਰਸਰ ਦਾ ਹਰਮੰਦਰ ਸਾਹਿਬ ਦੀ ਨੀ ਪੱਤਾ ਜਿਹੜਾ ਨੀ ਪੱਥਰ ਓ ਕੀਨੇ ਰੱਖਿਆ ਸੀ ਜੇ ਤਾਂ ਕੀਨੇ ਰੱਖਿਆ ਸੀ ਸੰਤ ਮੀਆਂ ਮੀਰ ਜੀ ਨੇ ਜਾਂ ਸਾਈ ਮੀਆਂ ਮੀਰ ਜੀ ਨੇ ਅੱਗੇ ਆ ਜੋ ਜੀ 15ਵਾਂ ਪ੍ਰਸ਼ਨ ਆਪਣਾ ਆ ਰਿਹਾ ਜਿਹਦੇ ਵਿੱਚ ਪੁੱਛਿਆ ਜਾ ਰਿਹਾ ਕਿ ਆਦ ਗ੍ਰੰਥ ਦਾ ਪਹਿਲਾ ਗ੍ਰੰਥੀ ਕੌਣ ਸੀ ਆਦ ਗ੍ਰੰਥ ਦਾ ਪਹਿਲਾ ਗ੍ਰੰਥੀ ਕੌਣ ਸੀਗਾ ਤਾਂ ਉਹ ਸੀਗੇ ਜੀ ਬਾਬਾ ਬੁੱਢਾ ਜੀ ਠੀਕ ਹੈ ਜੀ ਜਦੋਂ ਇਹਨਾਂ ਨੂੰ ਗ੍ਰੰਥੀ ਥਾਪਿਆ ਸੀ ਪਹਿਲੇ ਸੋ ਇਹ ਤੁਹਾਡੇ ਮਾਸਟਰ ਡਿਗਰੀ ਦੇ ਵਿੱਚ ਵੀ ਕੰਮ ਆਉਣ ਵਾਲੇ ਕੁਐਸਚਨ ਆਲਸੋ ਹੈਗੇ ਆ ਸੁਵਲਾ ਪ੍ਰਸ਼ਨ ਆਜੀ ਸੁਖਮਨੀ ਸਾਹਿਬ ਦਾ ਰਚਨਕਾਰ ਕੌਣ ਆ ਤਾਂ ਕਿਹਨੇ ਲਿਖਿਆ ਜੀ ਸੁਖਮਨੀ ਸਾਹਿਬ ਦੀ ਬਾਣੀ ਨੂੰ 16ਵੇਂ ਦਾ ਅਨਸਰ ਤੁਹਾਡਾ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਜੀ ਇਹ ਗੁਰਬਾਣੀ ਅੱਗੇ ਹੈ ਜੀ 17ਵਾਂ ਪ੍ਰਸ਼ਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਦੋਂ ਕੀਤਾ ਗਿਆ ਤਾਂ ਕਦੋਂ ਸ਼ਹੀਦ ਕੀਤਾ ਗਿਆ ਜੀ 17ਵਾਂ ਪ੍ਰਸ਼ਨ ਤੁਹਾਡਾ 1606 ਈਸਵੀ ਦੇ ਵਿੱਚ ਹਨਾ ਤਤੀ ਤਵੀਤੇ ਤੇ ਹੋਰ ਤਸੀਹੇ ਦੇ ਕੇ ਸਰਦੇ ਵਿੱਚ ਨਦੀ ਰੇਤ ਪਾ ਕੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਸਭ ਤੋਂ ਪਹਿਲੇ ਸ਼ਹੀਦ ਸਿੱਖ ਧਰਮ ਦੇ ਅਕਾਲ ਤਖਤ ਦਾ ਨਿਰਮਾਣ ਕਿਸ ਨੇ ਕੀਤਾ ਜੀ 18ਵਾਂ ਪ੍ਰਸ਼ਨ ਤੁਹਾਡਾ ਦੇਖੋ ਗੁਰੂ ਹਰਗੋਬਿੰਦ ਜੀ ਨੇ ਕੀਤਾ ਸੀ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਸੀ ਅਕਾਲ ਤਖਤ ਦਾ ਨਿਰਮਾਣ ਠੀਕ ਹੈ ਜੀ ਅੱਗੇ ਹੈ ਜੀ ਗੁਰੂ ਤੇਗ ਬਹਾਦਰ ਨੂੰ ਫਾਂਸੀ ਕਿੱਥੇ ਦਿੱਤੀ ਗਈ ਤਾਂ ਕਿੱਥੇ ਦਿੱਤੀ ਗਈ ਹੈ ਜੀ ਗੁਰੂ ਤੇਗ ਬਹਾਦਰ ਨੂੰ ਫਾਂਸੀ ਤੁਹਾਡਾ ਸਹੀ ਆਨਸਰ ਹੈ ਜੀ ਦਿੱਲੀ ਦੇ ਵਿੱਚ ਹਨਾ ਸਿੱਖਾਂ ਦੇ ਸਿੱਖ ਜਿਨ੍ਹਾਂ ਨੇ ਬਨਾਰਸ ਤੋਂ ਸੰਸਕ੍ਰਿਤ ਸਿੱਖੀ ਸੀ ਸੌਰੀ ਕਹਾਉਂਦੇ ਸਨ ਬਨਾਰਸ ਤੋਂ ਜਿਨ੍ਹਾਂ ਨੇ ਸੰਸਕ੍ਰਿਤ ਸਿੱਖੀ ਸੀ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ 20 ਦਾ ਤੁਹਾਡਾ ਆਨਸਰ ਹੈ ਜੀ ਨਰਮਲ ਜਾਂ ਨਰਮਲੀ ਇਹ ਕਿਹਾ ਜਾਂਦਾ ਸੀ ਇਹਨੂੰ ਨੋਟ ਕਰ ਲਿਓ ਬਹੁਤ ਇੰਪੋਰਟੈਂਟ ਕੁਐਸਚਨ ਹੈ ਮੁਕਸਰ ਸ਼ਹਿਰ ਦਾ ਪੁਰਾਣਾ ਨਾਮ ਕੀ ਸੀਗਾ ਜੀ ਮੁਕਸਰ ਦਾ ਪੁਰਾਣਾ ਨਾਮ ਕੀ ਸੀ ਜੀ ਖਿਦਰਾਣਾ ਆਪਸ਼ਨ ਸੀ ਸਹੀ ਹੈ ਅੱਗੇ ਦੇਖੋ ਜੀ ਦਿਹਾੰਤ ਸਮੇ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਸਨ ਜਾਂ ਜਦੋਂ ਉਹਨਾਂ ਦਾ ਉਹ ਸ਼ਹੀਦ ਹੋਏ ਤਾਂ ਉਹ ਕਿੱਥੇ ਸੀਗੇ ਜਦੋਂ ਜੋਤੀ ਜੋਤ ਸਮਾਇਆ ਤਾਂ ਕਿੱਥੇ ਸੀ ਤਾਂ ਨੰਦੇੜ ਸਾਹਿਬ ਦੇ ਵਿੱਚ ਸੀਗੇ ਜੀ ਡੀ ਆਨਸਰ ਤੁਹਾਡੀ 22 ਨੰਬਰ ਦੀ ਸਹੀ ਆਪਸ਼ਨ ਹੈ ਜੀ ਅੱਗੇ ਹੈ ਜੀ ਬੰਦਾ ਬਹਾਦਰ ਦਾ ਉਹਨਾਂ ਦੇ ਮਾਤਾ ਪਿਤਾ ਦੁਆਰਾ ਦਿੱਤਾ ਗਿਆ ਨਾਮ ਦੱਸੋ ਬੰਦਾ ਬਹਾਦਰ ਨੂੰ ਉਹਨਾਂ ਦੇ ਮਾਤਾ ਪਿਤਾ ਨੇ ਕੀ ਨਾਮ ਦਿੱਤਾ ਸੀ ਜਾਂ ਉਹਨਾਂ ਦਾ ਮੁੱਢਲਾ ਨਾਮ ਕੀ ਸੀ ਤਾਂ ਦੇਖੋ ਜੀ ਕੀ ਹੈ ਤੁਹਾਡਾ ਸਹੀ ਆਨਸਰ ਤਾਂ ਇਹ ਹੈਗਾ ਜੀ ਲਸ਼ਮਣ ਦਾਸ ਜੀ ਅੱਗੇ ਆ ਜੀ ਤੁਹਾਡਾ ਬੰਦਾ ਬਹਾਦਰ ਸਰਹੰਦ ਸ਼ਹਿਰ ਵਿੱਚ ਕਦੋਂ ਦਾਖਲ ਹੋਏ ਤਾਂ ਕਦੋਂ ਦਾਖਲ ਹੋਏ ਸੀ ਸਰਹੰਦ ਦੇ ਵਿੱਚ ਬੰਦਾ ਬਹਾਦਰ 24 ਦਾ ਤੁਹਾਡਾ ਸਹੀ ਆਨਸਰ ਹੈ ਜੀ অপਸ਼ਨ ਸੀ 1710 ਦੇ ਵਿੱਚ ਅੱਗੇ ਆ ਜਿਓ ਜੀ 25 ਨੰਬਰ ਤੇ ਬੰਦਾ ਬਹਾਦਰ ਦਾ ਸਰਕਟ ਸਾਥੀ ਕੌਣ ਸੀਗਾ ਕੌਣ ਸੀਗਾ ਜੀ ਬੰਦਾ ਬਹਾਦਰ ਦਾ ਸਰਕਟ ਸਾਥੀ ਤਾਂ ਉਹ ਕੌਣ ਸੀਗੇ ਜਿਹੜੇ ਬਾਅਦ ਦੇ ਵਿੱਚ ਉਹਨਾਂ ਨਾਲ ਉਹਨਾਂ ਦਾ ਵਿਵਾਦ ਵੀ ਹੋ ਗਿਆ ਸੀ ਹਨਾ ਕਰਦਾਸ ਨੰਗਲ ਦੀ ਲੜਾਈ ਦੇ ਵਿੱਚ ਤੇ ਭਾਈ ਵਿਨੋਦ ਸਿੰਘ ਜੀ ਹੈ ਜੀ ਬੰਦਾ ਬਹਾਦਰ ਨੂੰ ਕਿੱਥੇ ਫਾਂਸੀ ਦਿੱਤੀ ਗਈ ਤੇ ਇਹ ਪਹਿਲੀ ਗੱਲ ਇਹ ਫਾਂਸੀ ਨਹੀਂ ਦਿੱਤੀ ਗਈ ਸੀ ਕੁਐਸਚਨ ਦੀ ਜਿਹੜੀ ਲਾਈਨ ਹੈ ਗਲਤ ਹੈ ਨਾ ਬੰਦਾ ਬਹਾਦਰ ਨੂੰ ਫਾਂਸੀ ਨਹੀਂ ਦਿੱਤੀ ਗਈ ਸੀ ਉਹਨਾਂ ਨੂੰ ਤੁਸੀਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਇਹਨਾਂ ਉਹਨਾਂ ਦਾ ਜਿਹੜਾ ਹੈਗਾ ਸਰੀਰ ਨੂੰ ਅੱਖਾਂ ਕੱਟੀਆਂ ਸੀ ਫਿਰ ਅੰਗ ਕੱਟਦੇ ਸੀ ਤੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਕਤਲ ਕੀਤਾ ਗਿਆ ਸੀਗਾ ਉਹਨਾਂ ਦਾ ਸਿਰ ਵੀ ਕੱਟਿਆ ਗਿਆ ਸੀ ਠੀਕ ਹੈ ਜੀ ਸੋ ਇਹ ਫਾਂਸੀ ਨਹੀਂ ਦਿੱਤੀ ਗਈ ਸੀ ਕੁਐਸਚਨ ਦੀ ਜਿਹੜੀ ਲਾਈਨਿੰਗ ਹੈ ਗਲਤ ਹੈ ਤੇ ਤੁਹਾਡਾ ਸਹੀ ਆਨਸਰ ਇਹਦਾ ਹੈਗਾ ਦਿੱਲੀ ਦੇ ਵਿੱਚ ਅੱਗੇ ਹੈ ਜੀ 1721 ਈਸਵੀ ਦੇ ਵਿੱਚ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਦੀ ਜ਼ਿੰਮੇਵਾਰੀ ਕਿਸ ਨੇ ਲਈ 1721 ਈਸਵੀ ਦੇ ਵਿੱਚ ਹਰਮੰਦਰ ਸਾਹਿਬ ਦੀ ਜ਼ਿੰਮੇਵਾਰੀ ਕਿਹਨੇ ਲਈ ਸੀ ਦੇਖੋ ਧਿਆਨ ਦੇ ਨਾਲ 1721 ਦਾ ਟਾਈਮ ਦਿੱਤਾ ਹੋਇਆ ਹੈ ਤਾਂ 27 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ ਬੀ ਭਾਈ ਮਨੀ ਸਿੰਘ ਨੇ ਤੇ ਇਹਨਾਂ ਨੂੰ ਮਾਤਾ ਸੁੰਦਰੀ ਜੀ ਨੇ ਭੇਜਿਆ ਸੀ ਮਾਤਾ ਸੁੰਦਰੀ ਜੀ ਕੌਣ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਹੈਗੀ ਹੈ ਪਤਨੀ ਸੀਗੀ ਤੇ ਇਹ ਦਿੱਲੀ ਦੇ ਵਿੱਚ ਸੀ ਤੇ ਇਹਨਾਂ ਨੇ ਫਿਰ ਦਿੱਲੀ ਤੋਂ ਪਾਈ ਮਣੀ ਸਿੰਘ ਨੂੰ ਭੇਜਿਆ ਸੀ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਦੀ ਜਿਹੜੀ ਹੈਗੀ ਹੈ ਲੀਡਿੰਗ ਕਰਨ ਦੇ ਲਈ ਇੱਕ ਤਰ੍ਹਾਂ ਦਾ ਉਹਨੂੰ ਸਿੱਖ ਧਰਮ ਨੂੰ ਜਿਹੜਾ ਸਿੱਖਾਂ ਨੂੰ ਇਕੱਠੇ ਕਰਨ ਦੇ ਲਈ ਤੇ ਫਿਰ ਉਸ ਤੋਂ ਬਾਅਦ ਚੀਜ਼ ਜਿਹੜੇ ਹੈਗੇ ਆ ਇਹਨਾਂ ਨੇ ਵਿਵਾਦ ਨਵੇੜਿਆ ਸੀਗਾ ਆਪਣਾ ਬੰਦਾਈ ਖਾਲਸਾ ਤੇ ਤਤ ਖਾਲਸਾ ਦੇ ਵਿਚਲਾ ਠੀਕ ਹੈ ਤੇ ਇਹਨਾਂ ਇਹਨਾਂ ਦਾ ਜਿਹੜਾ ਵਿਵਾਦ ਸੀ ਆਪਸ ਵਿੱਚ ਇਹਨੂੰ ਨਵੇੜਤਾ ਸੀ ਤੇ ਫਿਰ ਖਾਲਸਾ ਸੰਯੁਕਤ ਰੂਪ ਦੇ ਵਿੱਚ ਇਕੱਠਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਦਲ ਖਾਲਸਾ ਦਾ ਉਥਾਨ ਹੁੰਦਾ ਅੱਗੇ ਦੇਖੋ ਜੀ ਐਕਸਪਲੇਨੇਸ਼ਨ ਵੀ ਮਾੜੀ ਮੋਟੀ ਦਿੰਦੇ ਰਵਾਂਗੇ ਨਾ ਆਪਾਂ ਕੁਐਸਚਨਾਂ ਦੇ ਵਿੱਚ ਤੁਹਾਨੂੰ ਤਰੁਨਾ ਦਲ ਆ ਜਿਹੜਾ ਉਹ ਪ੍ਰਦਰਸ਼ਿਤ ਕਰਦਾ ਹੈ ਤਰੁਨਾ ਦਲ ਕੀ ਪ੍ਰਦਰਸ਼ਿਤ ਕਰਦਾ ਨੌਜਵਾਨ ਸੈਨਿਕਾਂ ਨੂੰ ਸਾਬਕਾ ਸੈਨਿਕਾਂ ਨੂੰ ਸਵਾਰਥੀ ਪਹਾੜੇ ਦੇ ਸਪਾਈਆਂ ਨੂੰ ਜਾਂ ਔਰਤਾਂ ਨੂੰ ਤਾਂ ਬੁੱਢਾ ਦਲ ਤੇ ਤਰੁਨਾ ਦਲ ਦੋ ਦਲ ਹੈ ਜਿਹੜੇ ਸਟੈਬਲਿਸ਼ ਹੁੰਦੇ ਹੈਗੇ ਸਿੱਖ ਧਰਮ ਦੇ ਵਿੱਚ ਤੇ ਇਹਨਾਂ ਦੇ ਵਿੱਚ ਕੀ ਹੈ ਜੀ ਜਿਹੜੇ ਹੈਗੇ ਦਲ ਖਾਲਸਾ ਦਾ ਹਿੱਸਾ ਇੱਕ ਤਾਂ ਨੌਜਵਾਨ ਹੈ ਜਿਹੜੇ ਇਹਦੇ ਉਹ ਤੁਹਾਡਾ ਸਹੀ ਆਨਸਰ ਆਊਗਾ ਨੌਜਵਾਨਾਂ ਨੂੰ 40 ਸਾਲ ਤੋਂ ਘੱਟ ਉਮਰ ਦੇ ਜਾਂ 40 ਸਾਲ ਤੱਕ ਉਮਰ ਦੇ ਜਿਹੜੇ ਲੋਕ ਆ ਉਹ ਇਹਦੇ ਵਿੱਚ ਸਾਥ ਹੀ ਸੀ ਤੇ ਬੁੱਢਾ ਦਲ ਦੇ ਵਿੱਚ 40 ਸਾਲ ਤੋਂ ਪਲੱਸ ਉਮਰ ਦੇ ਲੋਕ ਜਿਹੜੇ ਹੈਗੇ ਆ ਉਹ ਸ਼ਾਮਲ ਸੀਗੇ ਜੀ ਅੱਗੇ ਦੇਖੋ ਜੀ ਜ਼ਕਰੀਆ ਖਾਨ ਦਾ ਨੇੜਲਾ ਸਹਿਯੋਗੀ ਕੌਣ ਸੀ ਜ਼ਕਰੀਆ ਖਾਨ ਦਾ ਨੇੜਲਾ ਸਹਿਯੋਗੀ ਕੌਣ ਸੀਗਾ ਜੀ ਦੇਖੋ ਇਹ ਪੁੱਛਿਆ ਆਪਾਂ ਨੂੰ ਨੇੜਲਾ ਸਹਿਯੋਗੀ ਮਤਲਬ ਉਹਨਾਂ ਦੇ ਟਾਈਮ ਦਾ ਕੌਣ ਸੀਗਾ ਤਾਂ 29 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ ਬੀ ਲਖਪਤ رائے ਹੈ ਜਿਹੜਾ ਉਹਨਾਂ ਦਾ ਨੇੜਲਾ ਸਹਿਯੋਗੀ ਸੀ ਕਿਹੜੀ ਮਿਸਲ ਦਾਲ ਖਾਲਸਾ ਦਾ ਹਿੱਸਾ ਨਹੀਂ ਸੀਗੀ ਜੀ ਕਿਹੜੀ ਮਿਸਲ ਦਾਲ ਖਾਲਸਾ ਦਾ ਹਿੱਸਾ ਨਹੀਂ ਸੀ ਤਾਂ ਇਹ ਦੇਖੋ ਜੀ ਇਹ ਪ੍ਰਸ਼ਨ ਹੈ ਜਿਹੜਾ ਆਪਾਂ ਨੂੰ ਆਇਆ ਹੋਇਆ ਮਾਸਟਰ ਕੈਟਰ ਦੇ ਵਿੱਚ ਵੀ ਠੀਕ ਹੈ ਹੁਣ ਲਾਸਟ ਵਾਲੇ ਦੇ ਵਿੱਚ ਤੇ ਇੱਥੇ ਵੀ ਆਇਆ ਹੋਇਆ ਕਿਹੜੀ ਮਿਸਲ ਦਾਲ ਖਾਲਸਾ ਦਾ ਹਿੱਸਾ ਨਹੀਂ ਸੀ ਤਾਂ ਤੀ ਦਾ ਤੁਹਾਡਾ ਡੀ ਆਨਸਰ ਆ ਫੂਲ ਕਿਉਂ ਇਸ ਲਈ ਬਾਅਦ ਦੇ ਵਿੱਚ ਸਟੈਬਲਿਸ਼ ਹੁੰਦੀ ਹੈ ਇਹ ਪਹਿਲੇ ਜਿਹੜੇ 11 ਜਥੇ ਸੀ ਉਹਨਾਂ ਦਾ ਹਿੱਸਾ ਨਹੀਂ ਸੀਗੀ ਜਦੋਂ ਦਲ ਖਾਲਸਾ ਸਟੈਬਲਿਸ਼ ਹੁੰਦਾ ਤਾਂ ਉਦੋਂ ਇਹਨਾਂ ਨੂੰ ਜਥੇ ਕਿਹਾ ਜਾਂਦਾ ਠੀਕ ਹੈ ਤੇ ਫਿਰ ਜਦੋਂ ਇਹ ਮਿਸਲਾਂ ਬਣ ਜਾਂਦੀਆਂ ਤਾਂ ਫਿਰ ਇਹਨਾਂ ਨੂੰ ਜਿਹੜਾ ਇਹ ਇਹਨਾਂ ਦੀ ਗਿਣਤੀ ਵੀ 12 ਹੋ ਜਾਂਦੀ ਹੈ ਤੇ ਇਹਨਾਂ ਨੂੰ ਮਿਸਲਾਂ ਦਾ ਨਾਮ ਦਿੱਤਾ ਜਾਂਦਾ ਤੇ ਇਹਦਾ ਮੋਢੀ ਹੈ ਜਿਹੜਾ ਮਿਸਲਦਾਰ ਹੁੰਦਾ ਇਹਦੇ ਵਿੱਚ ਇਹਦਾ ਮੋਢੀ ਹੈ ਜਿਹੜਾ ਜਥੇਦਾਰ ਹੁੰਦਾ ਠੀਕ ਹੈ ਜੀ ਅੱਗੇ ਦੇਖੋ ਜੀ ਮੀਰ ਮੰਨੂ ਨੇ ਮਹਾਰਾਜਾ ਬਹਾਦਰ ਦਾ ਖਿਤਾਬ ਕਿਸ ਨੂੰ ਦਿੱਤਾ ਤਾਂ ਮੀਰ ਮੰਨੂ ਨੇ ਮਹਾਰਾਜਾ ਬਹਾਦਰ ਦਾ ਖਿਤਾਬ ਕਿਹਨੂੰ ਦਿੱਤਾ ਸੀਗਾ ਜੀ ਤੁਹਾਡਾ 31 ਨੰਬਰ ਪ੍ਰਸ਼ਨ ਸਹੀ ਆਨਸਰ ਹੈ ਜੀ ਕੌੜਾ ਮੱਲ ਨੂੰ ਦੀਵਾਨ ਸੀ ਇਹ ਦੀਵਾਨ ਕੌੜਾ ਮੱਲ 1761 ਵਿੱਚ ਪਾਣੀਪੱਤ ਦੀ ਪਹਿਲੀ ਲੜਾਈ ਜਾਂ ਸੌਰੀ 1761 ਈਸਵੀ ਦੀ ਪਾਣੀਪੱਤ ਦੀ ਲੜਾਈ ਕਿਸ ਅਫਗਾਨ ਸ਼ਾਸਕ ਨੇ ਲੜੀ ਸੀਗੀ ਠੀਕ ਹੈ ਜੀ ਤਾਂ ਕਿਹੜੇ ਅਫਗਾਨ ਸ਼ਾਸਕ ਨੇ ਲੜੀ ਸੀਗੀ 32 ਦਾ ਤੁਹਾਡਾ ਸਹੀ ਆਨਸਰ ਕੀ ਹੈ ਜੀ ਅਹਿਮਦ ਸ਼ਾਹ ਅਬਦਾਲੀ ਨੇ ਵੱਡਾ ਕੱਲੂ ਘਾਰਾ ਕਦੋਂ ਹੋਇਆ ਸੀਗਾ ਜੀ ਤਾਂ ਵੱਡੂ ਵੱਡਾ ਕੱਲੂ ਘਾਰਾ ਕਦੋਂ ਹੋਇਆ ਸੀ ਜੀ 33 ਦਾ ਆਨਸਰ ਤੁਹਾਡਾ ਹੈਗਾ 1762 ਇਸਵੀ ਅੱਗੇ ਆਜੋ ਜੀ 34 ਨੰਬਰ ਪ੍ਰਸ਼ਨ ਦੇਖੋ ਜੀ 34 ਨੰਬਰ ਤੇ ਕਹਿੰਦੇ ਸਰਦਾਰ ਗੁੱਜਰ ਸਿੰਘ ਅਤੇ ਲੈਣਾ ਸਿੰਘ ਕਿਸ ਮਿਸਲ ਦੇ ਨਾਲ ਸੰਬੰਧਤ ਸੀ ਧਿਆਨ ਦੇ ਨਾਲ ਇਹਨਾਂ ਦੇ ਮਿਸਲਾਂ ਦੇ ਲੀਡਰਾਂ ਨੂੰ ਵੀ ਯਾਦ ਰੱਖਣਾ ਠੀਕ ਹੈ ਕਿਹੜੀ ਮਿਸਲ ਨਾਲ ਸੰਬੰਧਤ ਸੀ ਤਾਂ 34 ਦਾ ਤੁਹਾਡਾ ਸਹੀ ਆਨਸਰ ਹੈ ਜੀ ਪੰਗੀ ਮਿਸਲ ਦੇ ਨਾਲ ਸ਼ੁਕਰਚੱਕੀਆ ਮਿਸਲ ਦੀ ਸਥਾਪਨਾ ਕਿਸ ਨੇ ਕੀਤੀ ਤਾਂ ਕਿਸ ਨੇ ਕੀਤੀ ਹੈ ਜੀ 35 ਦਾ ਤੁਹਾਡਾ ਸਹੀ ਆਨਸਰ ਹੈ ਜੀ ਬੁੱਧ ਸਿੰਘ ਨੇ ਕੀਤੀ ਸੀ ਠੀਕ ਹੈ ਜੀ ਫਿਰ ਚੜਤ ਸਿੰਘ ਫਿਰ ਮਹਾ ਸਿੰਘ ਤੇ ਫਿਰ ਰਣਜੀਤ ਸਿੰਘ ਅੱਗੇ ਦੇਖੋ ਜੀ 36 ਨੰਬਰ ਮਹਾਰਾਜਾ ਰਣਜੀਤ ਸਿੰਘ ਦੁਆਰਾ ਲਾਹੌਰ ਸ਼ਹਿਰ ਤੇ ਜਿੱਤ ਪ੍ਰਾਪਤ ਕੀਤੀ ਗਈ ਸੀ ਮਹਾਰਾਜਾ ਰਣਜੀਤ ਸਿੰਘ ਦੁਆਰਾ ਲਾਹੌਰ ਸ਼ਹਿਰ ਤੇ ਜਦੋਂ ਜਿੱਤ ਪ੍ਰਾਪਤ ਕੀਤੀ ਗਈ ਤਾਂ ਕਦੋਂ ਕੀਤੀ ਗਈ 36 ਦਾ ਦੇਖੋ ਜੀ ਤੁਹਾਡਾ ਸਹੀ ਆਨਸਰ ਹੈ ਸੀ 1799 ਦੇ ਵਿੱਚ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਕਿਸ ਨੇ ਕੋਸ਼ਤ ਕੀਤਾ ਜੀ ਕਿਸ ਨੇ ਕੋਸ਼ਤ ਕੀਤਾ ਜੀ ਧਿਆਨ ਦੇ ਨਾਲ ਦੇਖੋ ਕਿਹਨੇ ਕਿਹਾ ਮਹਾਰਾਜਾ ਕੋਸ਼ਤ ਕੀਤਾ ਸੀ ਪੰਜਾਬ ਦਾ 37 ਦਾ ਤੁਹਾਡਾ ਸਹੀ ਆਨਸਰ ਹੈ ਜੀ ਸਾਹਿਬ ਸਿੰਘ 베ਦੀ ਨੇ ਠੀਕ ਹੈ ਜੀ ਕੁਐਸਚਨ ਨੂੰ ਨੋਟ ਕਰ ਲੈਣਾ ਸਾਹਿਬ ਸਿੰਘ 베ਦੀ ਗੁਰੂ ਨਾਨਕ ਦੇਵ ਜੀ ਦੇ ਘਰਾਣੇ ਦੇ ਵਿੱਚੋਂ ਸੀ ਜਮ ਜਮਾ ਤੋਪ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿੱਥੇ ਕਬਜ਼ਾ ਕੀਤਾ ਸੀ ਤੇ ਕਿੱਥੇ ਕਬਜ਼ਾ ਕੀਤਾ ਸੀ ਇਹ ਤੁਹਾਡਾ 38 ਨੰਬਰ ਦਾ ਸਹੀ ਆਨਸਰ ਹੈ ਜੀ ਜਿਹੜਾ ਹੈਗਾ ਡੀ ਠੀਕ ਹੈ ਅਮਰਸਰ ਦੇ ਵਿੱਚ ਅਮਰਸਰ ਦੇ ਵਿੱਚ ਜਿਹੜੀ ਜਮ ਜਮਾ ਤੋਪ ਹੈ ਉਹਤੇ ਕਬਜ਼ਾ ਕੀਤਾ ਸੀ ਇਹਨਾਂ ਨੇ ਅੱਗੇ ਦੇਖੋ ਜੀ 39 ਨੰਬਰ ਪ੍ਰਸ਼ਨ ਲਾਹੌਰ ਦੀ ਸੰਧੀ ਹਸਤਾਖਰ ਕੀਤੀ ਗਈ ਸੀ ਲਾਹੌਰ ਦੀ ਸੰਧੀ ਕਦੋਂ ਜਿਹੜੀ ਹੈਗੀ ਆ ਹਸਤਾਖਰ ਕੀਤੀ ਗਈ ਸੀ 1806 ਚ ਤੇ 1809 ਚ ਹੈ ਨਾ ਇਹ ਦੋ ਦੋਨੇ অপਸ਼ਨ ਆ ਸਹੀ ਸੀ ਇਸ ਕਰਕੇ ਲੈਕਚਰਰ ਦੇ ਵਿੱਚ ਇਹ ਨੰਬਰ ਦੀ ਜਿਹੜੀ ਹੈਗੀ ਆ ਗ੍ਰੇਸ ਦੇ ਦਿੱਤੀ ਗਈ ਸੀ ਠੀਕ ਹੈ ਜੇ ਪਹਿਲੀ ਜਾਂ ਦੂਜੀ ਸੰਧੀ ਦੇ ਵਿੱਚ ਆਉਂਦਾ ਤਾਂ ਫਿਰ ਨਹੀਂ ਮਿਲਦਾ ਸੀ ਇਹਦੀ ਗ੍ਰੇਸ ਮਿਲੀ ਹੋਈ ਆ ਤੁਹਾਨੂੰ ਠੀਕ ਹੈ ਜੀ ਲਾਸਟ ਟਾਈਮ ਦੇ ਵਿੱਚ ਅੱਗੇ ਦੇਖੋ ਜੀ ਮਹਾਰਾਜਾ ਰਣਜੀਤ ਸਿੰਘ ਨੇ ਮਲਤਾਨ ਤੇ ਕਦੋਂ ਅਧਿਕਾਰ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਮਲਤਾਨ ਤੇ ਕਦੋਂ ਅਧਿਕਾਰ ਕੀਤਾ ਜੀ ਤਾਂ ਏ ਆਪਸ਼ਨ ਸਹੀ ਹੈ ਤੁਹਾਡੀ 1818 ਦੇ ਵਿੱਚ ਲਾਹੌਰ ਦਰਬਾਰ ਵਿੱਚ ਹੀਠਾਂ ਦਿੱਤਿਆਂ ਵਿੱਚੋਂ ਕੌਣ ਸਪੇਨ ਦਾ ਵਸਨੀਕ ਸੀਗਾ ਜੀ 41 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ ਬੀ ਮੂਸਾ ਸਾਹਿਬ ਹੈ ਜਿਹੜੇ ਸਪੇਨ ਦੇ ਵਸਨੀਕ ਸੀ ਅੱਗੇ ਦੇਖੋ ਜੀ 42 ਨੰਬਰ ਪ੍ਰਸ਼ਨ ਤੁਹਾਡਾ ਰਾਜਕੁਮਾਰ ਨੌਨਿਹਾਲ ਸਿੰਘ ਪੁੱਤਰ ਸੀ ਤਾਂ ਕਿਹਦੇ ਪੁੱਤਰ ਸੀਗੇ ਜੀ ਰਾਜਕੁਮਾਰ ਨੌਨਿਹਾਲ ਤਾਂ ਇਹ ਖੜਕ ਸਿੰਘ ਦੇ ਪੁੱਤਰ ਸੀ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਸੀਗੇ ਇਹ ਠੀਕ ਹੈ ਜੀ ਧਿਆਨ ਦੇ ਵਿੱਚ ਰੱਖਣਾ ਲਾਰਡ ਐਨਲਵਰੋ ਦੇ ਸਥਾਨ ਤੇ ਭਾਰਤ ਦਾ ਗਵਰਨਰ ਜਨ ਕੋਣ ਬਣਿਆ ਜੀ ਲਾਰਡ ਐਨਲਵਰੋ 43 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ ਲਾਰਡ ਹੈਨਰੀ ਹਾਰਡਿੰਗ ਠੀਕ ਹੈ ਜੀ ਅੱਗੇ ਦੇਖੋ ਜੀ ਪਹਿਲੇ ਐਂਗਲੋ ਸਿੱਖ ਯੁੱਧ ਦੌਰਾਨ ਕਿਹੜਾ ਸ਼ਹਿਰ ਬ੍ਰਿਟਿਸ਼ ਦਾ ਆਧਾਰ ਸੀ ਬ੍ਰਿਟਿਸ਼ ਦਾ ਆਧਾਰ ਕਿਹੜਾ ਸ਼ਹਿਰ ਸੀਗਾ ਜੀ 44 ਦਾ ਤੁਹਾਡਾ ਸਹੀ ਆਨਸਰ ਹੈ ਜੀ ਫਿਰੋਜ਼ਪੁਰ ਹੈ ਜਿਹੜਾ ਇਹ ਬ੍ਰਿਟਿਸ਼ ਦੇ ਦਾ ਆਧਾਰ ਸੀ ਜਾਂ ਉਹਨਾਂ ਦਾ ਇੱਕ ਤਰ੍ਹਾਂ ਨਾਲ ਕਹਿ ਲੋ ਖੇਤਰ ਸੀ ਮੇਨ ਸ਼ਾਉਣੀ ਸੀ ਇਹ ਲੁਧਿਆਣਾ ਤੇ ਪੰਜਾਬ ਉਹਨਾਂ ਦੇ ਅੰਡਰ ਸੀ ਉਸ ਟਾਈਮ ਤੇ ਹਨਾ 45 ਨੰਬਰ ਦੇਖੋ ਜੀ ਸਭਰਾਉਂ ਦੀ ਲੜਾਈ ਵਿੱਚ ਕੌਣ ਅੰਤ ਤੱਕ ਲੜਿਆ ਕੌਣ ਲੜਿਆ ਜੀ ਅੰਤ ਤੱਕ 45 ਨੰਬਰ ਦਾ ਤੁਹਾਡਾ ਸਹੀ ਆਨਸਰ ਹੈਗਾ ਜੀ ਆਪਸ਼ਨ ਬੀ ਸ਼ਾਮ ਸਿੰਘ ਅਟਾਰੀ ਵਾਲਾ ਲੜਦੇ ਆ ਜੀ ਅੰਤ ਤੱਕ ਬਾਕੀ ਜਿਹੜੇ ਉਹ ਤੇਜਾ ਸਿੰਘ ਤੇ ਲਾਲ ਸਿੰਘ ਹੁੰਦੇ ਉਹ ਭੱਜ ਜਾਂਦੇ ਹੁੰਦੇ ਦਗਾ ਦੇ ਕੇ ਅੱਗੇ ਦੇਖੋ ਜੀ 46 ਨੰਬਰ ਪ੍ਰਸ਼ਨ ਗੁਲਾਬ ਸਿੰਘ ਡੋਗਰਾ ਨੂੰ ਜੰਮੂ ਅਤੇ ਕਸ਼ਮੀਰ ਦਾ ਮਹਾਰਾਜਾ ਇਸ ਦੇ ਅਧੀਨ ਕੋਸ਼ਤ ਕੀਤਾ ਗਿਆ ਤਾਂ ਕਦੋਂ ਕੋਸ਼ਤ ਕੀਤਾ ਜਾਂ ਕਿਸ ਦੇ ਅਧੀਨ ਕੋਸ਼ਤ ਕੀਤਾ 46 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ ਸੀ ਅੰਮ੍ਰਿਤਸਰ ਦੀ ਸੰਧੀ 16 ਮਾਰਚ 1846 ਨੂੰ ਅੱਗੇ ਦੇਖੋ ਜੀ 47 ਨੰਬਰ ਪ੍ਰਸ਼ਨ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਕਿ 1846 ਵਿੱਚ ਲਾਹੌਰ ਵਿਖੇ ਬ੍ਰਿਟਿਸ਼ ਰਾਜ ਪ੍ਰਤੀਨਿਧੀ ਕਿਸ ਨੂੰ ਨਿਯੁਕਤ ਕੀਤਾ ਗਿਆ ਤਾਂ ਕਿਸ ਨੂੰ ਨਿਯੁਕਤ ਕੀਤਾ ਗਿਆ ਜੀ ਬ੍ਰਿਟਿਸ਼ ਰਾਜ ਦਾ ਪ੍ਰਤੀਨਿਧੀ ਜਾਂ ਪਰ ਰੈਜ਼ੀਡੈਂਟ ਕਹਿੰਨੇ ਆ ਜੀ ਨੂੰ 47 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ ਹੈਨਰੀ ਲਾਰੈਂਸ ਨੂੰ ਬੀ ਆਪਸ਼ਨ 1849 ਵਿੱਚ ਮਲਤਾਨ ਦਾ ਗਵਰਨਰ ਕੌਣ ਸੀਗਾ ਜੀ 48 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ ਮੂਲ ਰਾਜ ਇੱਥੇ ਮੂਲ ਰਾਜ ਲਿਖਿਆ ਹੋਇਆ ਵੈਸੇ ਪੂਰਾ ਨਾਮ ਮੂਲ ਰਾਜ ਹੈ 1849 ਵਿੱਚ ਭਾਰਤ ਦਾ ਬ੍ਰਿਟਿਸ਼ ਗਵਰਨਰ ਜਨਰਲ ਕੌਣ ਸੀਗਾ ਜੀ 1849 ਦੇ ਵਿੱਚ ਭਾਰਤ ਦਾ ਬ੍ਰਿਟਿਸ਼ ਗਵਰਨਰ ਜਨਰਲ ਕੌਣ ਸੀਗਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਨਾ ਕਿ ਨੇ ਪੰਜਾਬ ਨੂੰ ਜਿਹੜਾ ਹੈਗਾ ਸ਼ਾਮਿਲ ਕੀਤਾ ਸੀ ਸੀ ਆਪਸ਼ਨ ਤੁਹਾਡੀ ਸਹੀ ਲਾਰਡ ਡਲਹੌਜੀ ਅੱਗੇ ਦੇਖੋ ਜੀ 50 ਨੰਬਰ ਪ੍ਰਸ਼ਨ ਅਖੀਰ ਪੰਜਾਬ ਤੇ ਕਦੋਂ ਕਬਜ਼ਾ ਕੀਤਾ ਗਿਆ ਤਾਂ 50 ਨੰਬਰ ਪ੍ਰਸ਼ਨ ਹੈ ਤੁਹਾਡਾ ਪੰਜਾਬ ਤੇ ਕਦੋਂ ਕਬਜ਼ਾ ਕੀਤਾ ਗਿਆ ਜੀ ਤਾਂ ਇਹ ਕੀਤਾ ਗਿਆ ਜੀ 29 ਮਾਰਚ 1849 ਸਵੀ ਠੀਕ ਹੈ ਜੀ ਅੱਗੇ ਦੇਖੋ ਜੀ ਹੜੱਪਾ ਸ਼ਹਿਰ ਕਿਸ ਨਦੀ ਦੇ ਕੰਡੇ ਤੇ ਸੀ ਹੜੱਪਾ ਸ਼ਹਿਰ ਹੈ ਜਿਹੜਾ ਉਹ ਕਿਸ ਨਦੀ ਦੇ ਕੰਡੇ ਤੇ ਸਥਿਤ ਹੈ 51 ਨੰਬਰ ਪ੍ਰਸ਼ਨ ਦਾ ਤੁਹਾਡਾ ਆਨਸਰ ਹੈਗਾ ਜੀ ਸਹੀ ਏ ਰਾਵੀ ਨਦੀ ਦੇ ਕੰਡੇ ਤੇ ਇਹ ਆਪਣੀ ਇੰਡੀਅਨ ਹਿਸਟਰੀ ਚੱਲ ਪਈ ਠੀਕ ਹੈ ਜੀ ਪਹਿਲਾਂ ਪੰਜਾਬ ਹਿਸਟਰੀ ਦੇ ਪ੍ਰਸ਼ਨ ਸੀਗੇ ਸ਼ਾਹੀ ਇਸ਼ਨਾਨ ਜਾਂ ਇਸ਼ਨਾਨ ਨਾਲ ਕਿਹੜਾ ਸ਼ਹਿਰ ਜੁੜਿਆ ਹੋਇਆ ਹੈ 52 ਨੰਬਰ ਪ੍ਰਸ਼ਨ ਦੇਖੋ ਜੀ ਸ਼ਾਹੀ ਇਸ਼ਨਾਨ ਨਾਲ ਕਿਹੜਾ ਜੁੜਿਆ ਹੋਇਆ ਤੇ 52 ਨੰਬਰ ਪ੍ਰਸ਼ਨ ਤੇ ਤੁਹਾਡਾ ਮਹਨਜੋਦੜੋ ਸਿੰਧੂ ਘਾਟੀ ਦੀ ਸਭਿਆਤਾ ਦੀ ਮੁੱਖ ਵਿਸ਼ੇਸ਼ਤਾ ਕੀ ਸੀਗੀ ਜੀ ਤਾਂ 53 ਨੰਬਰ ਦਾ ਤੁਹਾਡਾ ਸਹੀ ਆਨਸਰ ਜੀ ਜਿਹੜਾ ਹੈਗਾ ਸ਼ਹਿਰੀ ਯੋਜਨਾਬੰਦੀ ਸ਼ਹਿਰ ਯੋਜਨਾਬੰਦੀ ਹੈ ਜਿਹੜੀ ਇਹਨਾਂ ਦੀ ਮੁੱਖ ਵਿਸ਼ੇਸ਼ਤਾ ਸੀ ਹੈ ਨਾ ਦਿੱਤਿਆਂ ਵਿੱਚੋਂ ਕਿਹੜਾ ਸਭ ਤੋਂ ਪੁਰਾਤਨ ਹੈ ਕਿਹੜਾ ਸਭ ਤੋਂ ਪੁਰਾਤਨ ਹੈ ਜੀ ਤਾਂ ਉਹ 54 ਨੰਬਰ ਦਾ ਤੁਹਾਡਾ ਸਹੀ ਆਨਸਰ ਹੈਗਾ ਜੀ ਬਿਲਕੁਲ ਸਹੀ ਪਹਿਚਾਣਿਆ ਤੁਸੀਂ ਰਗਵੇਦ ਹੈ ਨਾ ਅੱਗੇ ਦੇਖੋ ਜੀ 55 ਨੰਬਰ ਅਸ਼ਵ ਦਾ ਅਰਥ ਹੈ ਜੀ ਤਾਂ ਇਹ ਵੀ ਸਹੀ ਆਨਸਰ ਤੁਹਾਨੂੰ ਪਤਾ ਹੈ ਡੀ ਕੋੜਾ ਮਹਾਭਾਰਤ ਵਿੱਚ ਯੁਦਿਸ਼ਠਰ ਮੁਖੀ ਸੀਗਾ ਕਿਹਦਾ ਮੁਖੀ ਸੀ ਜੀ ਮਹਾਭਾਰਤ ਦੇ ਵਿੱਚ 56 ਨੰਬਰ ਦਾ ਸਹੀ ਆਨਸਰ ਪਾਂਡਵਾਂ ਦਾ ਠੀਕ ਹੈ ਜੀ ਅੱਗੇ ਆਜੋ ਜੀ ਕੈਸ ਨੂੰ ਜੈਨੀਆਂ ਦਾ 24ਵਾਂ ਤੀਰਥੰਕਰ ਮੰਨਿਆ ਜਾਂਦਾ ਹੈ ਤਾਂ 24ਵਾਂ ਤੀਰਥੰਕਰ ਕੌਣ ਹੈ ਜੀ ਜੈਨੀਆਂ ਦਾ ਤੁਹਾਨੂੰ ਸਭ ਨੂੰ ਪਤਾ ਹੀ ਹੋਊਗਾ ਤਾਂ ਮਹਾਵੀਰ ਜੀ ਭਗਵਾਨ ਮਹਾਵੀਰ ਦਾ ਦੇਹਾਂਤ ਹੋਇਆ ਸੀ ਤਾਂ ਕਿੱਥੇ ਹੋਇਆ ਸੀਗਾ ਜੀ 58 ਦਾ ਤੁਹਾਡਾ ਬੀ ਆਨਸਰ ਪਾਵਾਪੁਰੀ ਦੇ ਵਿੱਚ ਅਸ਼ਟਾਂਗਿਕਾ ਮਾਰਗ ਦੀ ਸਪਾਰਸ਼ ਕਿਸ ਦੁਆਰਾ ਕੀਤੀ ਜਾਂਦੀ ਹੈ ਤਾਂ ਕਿਸ ਦੁਆਰਾ ਕੀਤੀ ਜਾਂਦੀ ਹੈ ਜੀ 93 ਨੰਬਰ ਕੁਐਸਚਨ ਦਾ ਤੁਹਾਡਾ ਸਹੀ ਆਨਸਰ ਕੀ ਹੈ ਭਗਵਾਨ ਬੁੱਧ ਦੁਆਰਾ ਜਾਂ ਮਹਾਤਮਾ ਬੁੱਧ ਦੁਆਰਾ ਠੀਕ ਹੈ ਜੀ ਅੱਗੇ ਦੇਖੋ ਜੀ ਤੁਹਾਡਾ ਹੈਗਾ 60 ਨੰਬਰ ਪ੍ਰਸ਼ਨ ਇਹਦੇ ਵਿੱਚ ਕਹਿੰਦੇ ਆ ਕਿ ਹੇਠਾਂ ਦਿੱਤੇਆਂ ਵਿੱਚੋਂ ਕਿਹੜਾ ਇਤਿਹਾਸਕ ਸ਼ਹਿਰ ਨਹੀਂ ਹੈ ਇਤਿਹਾਸਕ ਸ਼ਹਿਰ ਕਿਹੜਾ ਨਹੀਂ ਹੈ ਜੀ ਤੋ ਦੇਖੋ ਜੀ ਕਿਹੜਾ ਨਹੀਂ ਹੈ ਨਾ ਤਾਂ 60 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ ਡੀ ਮਗਦ ਦਾ ਜਿਹੜਾ ਇਹ ਇਤਿਹਾਸਕ ਸ਼ਹਿਰ ਨਹੀਂ ਹੈ ਦੀ ਪਛਾਣ ਕਰੋ ਅਰਸ਼ਸ਼ਤਰ ਨੂੰ ਕਿਹਨੇ ਲਿਖਿਆ ਜੀ ਤਾਂ ਉਹ ਲਿਖਿਆ ਕਟਲਿਆ ਨੇ ਹਨਾ 62 ਨੰਬਰ ਦਾ ਬੀ ਆਪਸ਼ਨ ਆ ਤੁਹਾਡੀ ਸਹੀ ਅੱਗੇ ਦੇਖੋ ਜੀ ਪਿਆਦਸ਼ੀ ਦੇ ਤੌਰ ਤੇ ਕਿਸ ਨੂੰ ਜਾਣਿਆ ਜਾਂਦਾ ਹੈ ਪਿਆਦਸ਼ੀ ਦੇ ਤੌਰ ਤੇ ਕਿਹਨੂੰ ਜਾਣਿਆ ਜਾਂਦਾ ਜੀ ਤਾਂ ਪਿਆਦਸ਼ੀ ਦੇ ਤੌਰ ਤੇ ਜਾਣਿਆ ਜਾਣ ਵਾਲਾ ਹੈਗਾ ਇੱਕੋ ਇੱਕ ਸਮਰਾਟ ਅਸ਼ੋਕ ਮੌਰੀਆ ਸ਼ਾਸਨ ਨੂੰ ਕਿਸ ਨੇ ਤਬਾਹ ਕੀਤਾ ਜੀ 64 ਨੰਬਰ ਦਾ ਪ੍ਰਸ਼ਨ ਤੁਹਾਡਾ ਹੈਗਾ ਇਹਦਾ ਆਨਸਰ ਪੂਸ਼ਿਆ ਮਿੱਤਰ ਸ਼ੰਗ ਨੇ ਹਨਾ ਸ਼ੰਗਾ ਲਿਖਿਆ ਹੋਇਆ ਤੇ ਸ਼ੰਗ ਆ ਵੈਸੇ ਪੂਸ਼ਿਆ ਮਿੱਤਰ ਸ਼ੰਗ ਨੇ ਕਤਲ ਕਰਤਾ ਸੀ ਲਾਸਟ ਸਮਰਾਟ ਦਾ ਇਹ ਸੈਨਾਪਤੀ ਹੁੰਦਾ ਸੀ ਉਸ ਟਾਈਮ ਤੇ 65 ਨੰਬਰ ਪ੍ਰਸ਼ਨ ਦੇਖੋ ਜੀ ਇਸ ਖੇਤਰ ਵਿੱਚ ਗੁਪਤ ਸਾਮਰਾਜ ਦੇ ਉੱਚ ਚਿੰਨਾਂ ਦੇ ਪ੍ਰਮਾਣ ਮਿਲਦੇ ਆ ਕਿਹੜੇ ਖੇਤਰ ਚ ਮਿਲਦੇ ਆ ਜੀ ਤਾਂ ਬੀ ਆਨਸਰ ਆ ਜਿਹੜਾ ਤੁਹਾਡਾ ਸਹੀ ਹੈ ਚੰਦਰਗੁਪਤ 2 ਦੇ ਚਿੰਨਾਂ ਦੇ ਪ੍ਰਮਾਣ ਮਿਲਦੇ ਆ ਅੱਗੇ ਦੇਖੋ ਜੀ ਮਹਾਨ ਵਿਆਕਰਨ ਵਿਦਤਾ ਕੌਣ ਸੀ ਮਹਾਨ ਵਿਆਕਰਨ ਵਿਦਤਾ ਕੌਣ ਹੈ ਜੀ ਤਾਂ 66 ਦਾ ਤੁਹਾਡਾ ਸਹੀ ਆਨਸਰ ਹੈ ਸੀ ਪਾਨਣੀ ਠੀਕ ਹੈ ਜੀ ਹਰਸ਼ਵਰਧਨ ਦੇ ਸ਼ਾਸਨ ਕਾਲ ਦੌਰਾਨ ਕਿਸ ਨੇ ਭਾਰਤ ਯਾਤਰਾ ਕੀਤੀ ਤਾਂ ਭਾਰਤ ਯਾਤਰਾ ਕਿਹਨੇ ਕੀਤੀ ਸੀ ਜੀ 67 ਦਾ ਤੁਹਾਡਾ ਸਹੀ ਆਨਸਰ ਹੈ ਜੀ ਬੀ ਹਿਊਨ ਹਿਊਨਟੈਂਗ ਲਿਖਿਆ ਹੋਇਆ ਹੈ ਹਿਊਨਤ ਸੰਗ ਠੀਕ ਹੈ ਜੇ ਤੁਹਾਨੂੰ ਪੰਜਾਬੀ ਚ ਨਾ ਸਮਝ ਆਵੇ ਤਾਂ ਇੰਗਲਿਸ਼ ਦੇ ਵਿੱਚ ਸਮਝ ਕਰ ਲੈਣਾ ਵੈਸੇ ਉਹਨਾਂ ਦਾ ਪੇਪਰ ਚ ਵੀ ਲਿਖਿਆ ਹੁੰਦਾ ਕਿ ਅੰਤਮ ਜਿਹੜਾ ਹੈਗਾ ਸਹੀ ਸੋਰਸ ਉਹ ਇੰਗਲਿਸ਼ ਵਾਲੇ ਕੁਐਸਚਨ ਨੂੰ ਹੀ ਮੰਨਿਆ ਜਾਊਗਾ ਤਾਂ ਕਰਕੇ ਉਹਨੂੰ ਵੀ ਜਰੂਰ ਨਾਲ ਰੀਡ ਕਰਨਾ ਅੱਗੇ ਦੇਖੋ ਜੀ 68 ਨੰਬਰ ਪ੍ਰਸ਼ਨ ਹਰਸ਼ਚੇਤਤਾ ਦਾ ਲੇਖ ਕੌਣ ਹੈ ਜੀ ਹਰਸ਼ਚੇਤਰ ਕਿਸ ਨੇ ਲਿਖੀ ਹੈ ਤਾਂ ਤੁਹਾਡਾ ਸਹੀ ਆਨਸਰ ਕੀ ਬਣਦਾ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਾਣਪੱਟ ਠੀਕ ਹੈ ਜੀ ਹਰਸ਼ਚੇਤ ਨੂੰ ਲਿਖਣ ਵਾਲਾ ਬਾਣਪੱਟ ਹੈ ਹੀਠ ਦਿੱਤੇ ਹਰਸ਼ਚੇਤ ਵੇਖ ਕੇ ਹਰਸ਼ਵਰਧਨ ਤੇ ਨਾ ਕਨਫਿਊਜ਼ ਹੋ ਜਾਣਾ ਹੀਠਾਂ ਦਿੱਤੇਆਂ ਵਿੱਚੋਂ ਕਿਸ ਨੇ ਭਾਰਤ ਵਿੱਚ ਦਸ਼ਮਲ ਇੱਥੇ 10 ਛਲ ਲਿਖਿਆ ਹੋਇਆ ਤੇ ਵੈਸੇ ਆਹ ਵੇ ਡੈਸ਼ੀਮਲ ਠੀਕ ਹੈ ਦਸ਼ਮਲਵ ਪ੍ਰਣਾਲੀ ਹੈ ਜਿਹੜੀ ਬਿੰਦੂ ਵਾਲੀ ਹੁੰਦੀ ਸੀ ਜਿਵੇਂ 35 ਬਿੰਦੂ 14 ਆਪਾਂ ਜੇ ਮੰਨ ਲਓ ਐਂ ਲਿਖਣਾ ਹੋਵੇ ਤੇ ਆ ਬਿੰਦੂ ਦਸ਼ਮਲਵ ਪ੍ਰਣਾਲੀ ਆ ਠੀਕ ਹੈ ਤਾਂ ਕਿਹਨੇ ਜਾਣੂ ਪਰਵਾਇਆ ਸੀ ਇਹ 69 ਦਾ ਬੀ ਆਰੀਆ ਪੱਟ ਨੇ ਠੀਕ ਹੈ ਜੀ ਅੱਗੇ ਆ ਜੀ ਅਗਨੀਕੁਲ ਪ੍ਰਾਣਿਕ ਕਥਾ ਵਿੱਚ ਕਥਾ ਸੰਬੰਧਤ ਹੈ ਕਿਹਦੇ ਨਾਲ ਸੰਬੰਧਤ ਹੈ ਇਹ ਪ੍ਰਾਣਿਕ ਕਥਾ ਤਾਂ 70 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ ਰਾਜਪੂਤਾਂ ਦੇ ਨਾਲ ਠੀਕ ਹੈ ਰਾਜਪੂਤਾਂ ਵਾਲਾ ਟੌਪਿਕ ਚੱਲ ਪਿਆ ਚੋਹਾਨ ਰਾਜਪੂਤਾਂ ਨੇ ਸਸ ਸ਼ਹਿਰ ਤੇ ਰਾਜ ਕੀਤਾ ਤਾਂ ਕਿਸ ਸ਼ਹਿਰ ਤੇ ਰਾਜ ਕੀਤਾ ਜੀ ਚੋਹਾਂ ਰਾਜਪੁੱਤਾਂ ਨੇ 71 71 ਦਾ ਸਹੀ ਆਨਸਰ ਹੈ ਜੀ ਤੁਹਾਡਾ ਏ ਅਜਮੇਰ ਤੇ ਲੱਗੇ ਜੀ ਕੁਤਬਦੀਨ ਐਬਕ ਇਹ ਖੇਡ ਖੇਡ ਦਾ ਮਰਿਆ ਸੀ ਤਾਂ ਕੀ ਖੇਡਦਾ ਸੀ ਉਹ ਪੋਲ ਉਹ ਇਹ ਕੁਐਸਚਨ ਤਾਂ ਬਹੁਤ ਵਾਰ ਆਇਆ ਹੋਇਆ ਹਨਾ 72 ਦਾ ਸੀ ਅੱਗੇ ਦੇਖੋ ਜੀ ਚਾਹ ਲਗਾਨੀ ਕੀ ਸੀ ਤਾਂ ਚਾਹ ਲਗਾਨੀ ਕੀ ਸੀਗਾ ਜੀ 73 ਦਾ ਤੁਹਾਡਾ ਸਹੀ ਆਨਸਰ ਤੁਰਕੀ ਕਲੀਨ ਤੰਤਰ ਠੀਕ ਹੈ ਇਹ ਟੈਕਸ ਦੇ ਰੂਪ ਦੇ ਵਿੱਚ ਨਾ ਲਾ ਦੇਣਾ ਚਾਲਗਾਨੀ ਹੈ ਜਿਹੜਾ ਤੁਰਕੀ ਕਲੀਨ ਤੰਤਰ ਸੀ 40 ਸਰਦਾਰਾਂ ਵਾਲਾ ਜਿਹੜਾ ਗੁੱਟ ਹੁੰਦਾ ਸੀ ਠੀਕ ਹੈ ਜਿਹੜਾ ਬਾਅਦ ਵਿੱਚ ਬਲਬਨ ਨੇ ਖਤਮ ਕੀਤਾ ਸੀ ਬਲਬਨ ਨੇ ਇਹਨੂੰ ਖਤਮ ਕਰਤਾ ਸੀ ਚਾਲਗਾਨੀ ਨੂੰ ਅੱਗੇ ਦੇਖੋ ਜੀ ਬਾਜ਼ਾਰ ਵਿਵਸਥਾ ਨਾਲ ਕੌਣ ਸਬੰਧਤ ਸੀ 74 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ ਅਲਾਉਦੀਨ ਖਲਜੀ ਅੱਗੇ ਆ ਜਾਓ ਜੀ ਜਾਉਦੀਨ ਬਰਨੀ ਹੈ ਜਿਹੜਾ ਇੱਥੇ ਬਗਨੀ ਲਿਖਿਆ ਹੋਇਆ ਠੀਕ ਹੈ ਤਾਂ ਸਹੀ ਆਪਸ਼ਨ ਇੰਗਲਿਸ਼ ਦੇ ਵਿੱਚ ਲਿਖੀ ਹੋਈ ਹੈ ਜਾਉਦੀਨ ਜਯਾਉਦੀਨ ਬਰਨੀ ਦੀ ਦੇ ਤੌਰ ਤੇ ਪਛਾਣ ਹੁੰਦੀ ਹੈ ਤਾਂ ਕਿਹਦੇ ਤੌਰ ਤੇ ਪਛਾਣ ਹੁੰਦੀ ਹੈ 75 ਦਾ ਡੀ ਇੱਕ ਇਤਿਹਾਸਕਾਰ ਦੇ ਤੌਰ ਤੇ ਮੁਹੰਮਦ ਬਿਨ ਤੁਗਲਕ ਨੇ ਆਪਣੀ ਰਾਜਧਾਨੀ ਕਿਸ ਸ਼ਹਿਰ ਤਬਦੀਲ ਕੀਤੀ ਸੀ ਤਾਂ ਕਿੱਥੇ ਕੀਤੀ ਸੀ ਜੀ ਤੁਹਾਡੇ ਆਨਸਰ ਤੁਹਾਨੂੰ ਪਤਾ ਹੀ ਹੋਣਾ ਇਹਦਾ ਸੌਖਾ ਆਨਸਰ ਹੈ 76 ਨੰਬਰ ਦਾ ਬੀ ਦਿਯੋਗਰੀ ਠੀਕ ਹੈ ਵੈਸੇ ਇਹ ਦੇਵਨਾਗਰੀ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ ਨਾ ਅੱਗੇ ਤੈਮੂਰ ਨੇ ਦਿੱਲੀ ਤੇ ਚੜ੍ਹਾਈ ਕਦੋਂ ਕੀਤੀ ਸੀ ਤਾਂ 77 ਦਾ ਸਹੀ ਆਨਸਰ ਹੈ ਜੀ ਤੁਹਾਡਾ 1398 ਈਸਵੀ ਦੇ ਵਿੱਚ ਦੇਖੋ ਯਾਦ ਰੱਖਣਾ 1398 ਚ ਤੈਮੂਰ ਆਉਂਦਾ ਸੌਰੀ 1398 ਚ ਤੈਮੂਰ ਆਉਂਦਾ 1498 ਚ ਬਾਸਕੋਡੇਗਾਮ ਆਉਂਦਾ ਦੋਨੇ ਵਿਦੇਸ਼ੀ ਹਮਲਾਵਰ ਇਹ ਤੁਰਕਾਂ ਦਾ ਏ ਅੰਗਰੇਜ਼ਾਂ ਦਾ ਇਹ ਚੀਜ਼ ਨੂੰ ਧਿਆਨ ਰੱਖਣਾ ਠੀਕ ਆਪੇ ਯਾਦ ਰਹਿ ਜੂਗੀ ਡੇਟ ਅੱਗੇ ਦੇਖੋ ਜੀ 78 ਨੰਬਰ ਖਤ ਕੌਣ ਸੀ ਖਤ ਕੌਣ ਸਨ ਜੀ 78 ਨੰਬਰ ਦਾ ਸਹੀ ਆਨਸਰ ਤੁਹਾਡਾ ਹੈਗਾ ਜੀ ਛੋਟੇ ਜ਼ਿਮੀਂਦਾਰਾਂ ਨੂੰ ਖਤ ਕਿਹਾ ਜਾਂਦਾ ਸੀ ਮਦਕਾਲ ਦੇ ਵਿੱਚ ਨਿਕੋਲ ਕਾਉਂਟੀ ਹੈ ਜਿਹੜਾ ਏਡੀ 1420 ਦੇ ਵਿੱਚ ਵਿਜੇਨਗਰ ਗਿਆ ਸੀ ਉਹ ਕੌਣ ਸੀਗਾ ਜੀ ਨਿਕੋਲ ਕਾਉਂਟੀ ਕੌਣ ਸੀ ਜਿਹੜਾ ਵਿਜੇਨਗਰ ਦੇ ਵਿੱਚ ਗਿਆ ਸੀ ਤਾਨਾਸੀ ਦਾ ਤੁਹਾਡਾ ਸਹੀ ਆਨਸਰ ਹੈ ਜੀ ਇਟਲੀ ਯਾਤਰੀ ਕਿਤਾਬ ਉਲ ਹਿੰਦ ਕੀ ਰਚਨਾ ਜੀ 80 ਦਾ ਤੁਹਾਡਾ ਸਹੀ ਆਨਸਰ ਹੈ ਜੀ ਅਲ ਬਰੂਨੀ ਦੀ ਰਚਨਾ ਹੈ ਠੀਕ ਹੈ ਅਲ ਬਰੂਨੀ ਦੀ ਰਚਨਾ ਜੀ ਇਹ ਅੱਗੇ ਆਜੋ ਜੀ 81 ਨੰਬਰ ਪ੍ਰਸ਼ਨ ਤੇ 81 ਨੰਬਰ ਦੇ ਵਿੱਚ ਕਹਿੰਦੇ ਬਾਬਰ ਨੇ ਕਨਵਾ ਦਾ ਜੁੱਧ ਕਿਸ ਦੇ ਵਿਰੁੱਧ ਲੜਿਆ ਸੀ ਤਾਂ ਕਿਹਦੇ ਵਿਰੁੱਧ ਲੜਿਆ ਸੀਗਾ ਜੀ ਤਾਂ ਇਹ ਲੜਿਆ ਸੀ ਰਾਣਾ ਸੰਗਾ ਦੇ ਵਿਰੁੱਧ ਹਮਾਇੂ ਦਾ ਭਰਾ ਕੌਣ ਨਹੀਂ ਸੀ ਕੌਣ ਨਹੀਂ ਸੀ ਠੀਕ ਹੈ ਜੀ ਤਾਂ 82 ਦਾ ਤੁਹਾਡਾ ਸਹੀ ਆਨਸਰ ਹੈ ਜਿਹੜਾ ਉਹ ਹੈਗਾ ਸ਼ੇਰ ਅਫਗਾਨ ਤੇ ਇਹਨੇ ਆਪਦੇ ਭਰਾਵਾਂ ਦੇ ਵਿੱਚ ਜ਼ਮੀਨ ਆਪ ਦਾ ਰਾਜ ਭਾਗ ਬਰਾਬਰ ਵੰਡਤਾ ਸੀ ਇਹਨੂੰ ਬਾਬਰ ਨੇ ਕਿਹਾ ਸੀ ਠੀਕ ਹੈ ਤਾਂ ਕਰਕੇ ਇਹਦਾ ਰਾਜ ਕਮਜ਼ੋਰ ਵੀ ਹੋ ਗਿਆ ਸੀ ਅੱਗੇ ਦੇਖੋ 83 ਨੰਬਰ ਦੇ ਵਿੱਚ ਸ਼ੇਰ ਸ਼ਾਹ ਸੂਰੀ ਹੈ ਅਧੀਨ ਪਰਗਨਾ ਕੀ ਸੀ ਜਦੋਂ ਸ਼ੇਰ ਸ਼ਾਹ ਸੂਰੀ ਦਾ ਰਾਜ ਚੱਲਦਾ ਸੀ ਤਾਂ 83 ਨੰਬਰ ਦਾ ਸਹੀ ਆਨਸਰ ਹੈ ਜੀ ਤੁਹਾਡਾ ਬੀ ਪ੍ਰਬੰਧਨ ਇਕਾਈ ਬੈਰਮ ਖਾਨ ਦਾ ਫਿਰਕਾ ਪਛਾਣੋ ਤਾਂ 84 ਦਾ ਸਹੀ ਆਨਸਰ ਹੈ ਜੀ ਤੁਹਾਡਾ ਏ ਸ਼ੀਆ 85 ਹੈਗਾ ਜੀ دین ਇਹ ਇਲਾਹੀ ਨਾਲ ਕੌਣ ਜੁੜਿਆ ਹੋਇਆ ਹੈ 85 ਦਾ ਸਹੀ ਆਨਸਰ ਹੈ ਜੀ ਤੁਹਾਡਾ ਅਕਬਰ ਤਾਂ ਅਕਬਰ ਦਾ ਦਹਿਸ਼ਾਲਾ ਇੱਥੇ 10 ਸਾਲਾ ਲਿਖਿਆ ਹੋਇਆ ਦਹਿਸ਼ਾਲਾ ਆਵੇ ਸਹੀ ਹੈ ਨਾ ਦਹਿਸ਼ਾਲਾ ਪ੍ਰਯੋਗ ਸੰਬੰਧਿਤ ਹੈ ਕਿਹਦੇ ਨਾਲ ਸੰਬੰਧਿਤ ਹੈ ਜੀ 86 ਦਾ ਤੁਹਾਡਾ ਤਾਂ ਉਹ ਹੈਗੇ ਜੀ অপਸ਼ਨ ਬੀ ਭੂਮੀ ਆਮਦਨ ਪ੍ਰਣਾਲੀ ਦੇ ਨਾਲ ਠੀਕ ਹੈ ਜੀ 10 ਸਾਲਾਂ ਦਾ ਬੰਦੋਬਸਤ ਜਾਰੀ ਕੀਤਾ ਸੀ ਟੋਡਰਮਲ ਨੇ ਇਹਨੂੰ ਨੀਤੀ ਨੂੰ ਬਣਾਇਆ ਸੀ ਭੂਮੀ ਦਾ ਕਿਹੜਾ ਰੂਪ ਸਾਰਾ ਸਾਲ ਖੇਤੀ ਦੀ ਨਿਰੰਧਾ ਤਾਂ ਸਾਰਾ ਸਾਲ ਖੇਤੀ ਨਹੀਂ ਰਹਿਣ ਵਾਲਾ ਕਿਹੜਾ ਰੂਪ ਹੈ ਜੀ ਉਹ ਹੈਗਾ ਪਲਾਜ਼ ਠੀਕ ਹੈ ਪੰਜਾਬੀ ਭੂਮੀ ਮਨਸਬਦਾਰੀ ਪ੍ਰਣਾਲੀ ਦਾ ਹਿੱਸਾ ਨਹੀਂ ਕੀ ਨਹੀਂ ਸੀ ਮਨਸਬਦਾਰੀ ਪ੍ਰਣਾਲੀ ਦਾ ਹਿੱਸਾ ਕੀ ਨਹੀਂ ਸੀ ਤਾਂ 88 ਦਾ ਡੀ ਇਕਤਾ ਪ੍ਰਣਾਲੀ ਮੁਗਲਾਂ ਅਧੀਨ ਸੂਬਾ ਅਫਸਰ ਕਹਾਉਂਦੇ ਸਨ ਤਾਂ ਕੌਣ ਕਹਾਉਂਦੇ ਸੀ ਸੂਬਾ ਅਫਸਰ ਮੁਗਲਾਂ ਦੇ ਅਧੀਨ ਤਾਂ ਬਰੀਦ ਠੀਕ ਹੈ ਜੀ ਅੱਗੇ ਆਜੋ ਜੀ 90 ਨੰਬਰ ਪ੍ਰਸ਼ਨ ਤੇ ਔਰੰਗਜੇਬ ਮਰਿਆ ਸੀ ਕਦੋਂ ਮਰਿਆ ਸੀਗਾ ਜੀ ਤਾਂ ਉਹ ਮਰਿਆ ਸੀ 1707 ਈਸਵੀ ਦੇ ਵਿੱਚ ਨizam ul mulk asbja ਦਾ ਨਿਰਮਾਣ ਕਿਸ ਦੇ ਕਿਸ ਰਾਜ ਨੇ ਕੀਤਾ ਸੀ ਤਾਂ ਉਹ ਕਿਹਨੇ ਕੀਤਾ ਸੀਗਾ ਜੀ ਹైਦਰਾਬਾਦ ਦੇ ਰਾਜ ਦੇ ਨੇ ਠੀਕ ਹੈ ਜਿਹੜਾ ਹੈਗਾ ਨizam ul mulk asbja ਦਾ ਨਿਰਮਾਣ ਕਿਸ ਰਾਜ ਨੇ ਕੀਤਾ ਸੀ ਤਾਂ ਉਹ ਹైਦਰਾਬਾਦ ਦੇ ਰਾਜ ਨੇ ਕੀਤਾ ਸੀ ਭਾਵ ਕਿ ਹైਦਰਾਬਾਦ ਰਾਜੇ ਨੇ ਕੀਤਾ ਸੀ ਜਿਹੜਾ ਹైਦਰਾਬਾਦ ਦਾ ਰਾਜਾ ਸੀ ਬਾਸਕੋੜੇ ਗਾਮਾ ਕਦੋਂ ਭਾਰਤ ਪਹੁੰਚਿਆ ਤਾਂ ਤੁਹਾਡਾ ਸਹੀ ਆਪਸ਼ਨ ਸੀ ਆ ਪੋਣੇ ਕਰਕੇ ਹਟਿਆ ਨਾ ਸਰ ਥਾਮਸ ਰੋ ਦੀ ਨਾਗਰਿਕਤਾ ਦੱਸੋ ਥਾਮਸ ਰੋ ਕਿੱਥੋਂ ਦਾ ਸੀਗਾ ਜੀ 93 ਨੰਬਰ ਦਾ ਤੁਹਾਡਾ ਸਹੀ ਆਨਸਰ ਬਣਦਾ ਹੈ ਬੀ ਬ੍ਰਿਟਿਸ਼ਨ ਸੀਗਾ ਇਹ ਇੰਗਰੀਜ਼ ਸੀ ਫੋਰਟ ਵਿਲੀਅਮ ਦਾ ਨਿਰਮਾਣ ਇਸ ਸ਼ਹਿਰ ਵਿੱਚ ਕੀਤਾ ਗਿਆ ਤਾਂ ਕਿੱਥੇ ਕੀਤਾ ਗਿਆ ਸੀ ਜੀ ਫੋਰਟ ਵਿਲੀਅਮ ਦਾ ਉਸ ਰਾਜੂਦਲਾ ਪਲਾਸੀ ਦੀ ਲੜਾਈ ਤੋਂ ਪਹਿਲਾਂ ਦੇ ਹਾਲਾਤ ਆ ਗਏ ਇਹ ਠੀਕ ਹੈ ਤਾਂ ਇਹ ਸੀਗਾ ਜੀ ਕੋਲਕਾਤਾ ਐਵੇਂ ਨਾ ਤੁਸੀਂ ਟਾਈਮ ਯਾਦ ਕਰ ਲਿਆ ਕਰੋ ਆਨਸਰ ਆਟੋਮੈਟਿਕ ਯਾਦ ਆ ਜਾਊਗਾ ਵੀ ਕਿਹੜੀ ਘਟਨਾ ਜਾਂ ਕਿਹੜੇ ਸਮੇਂ ਦੇ ਨਾਲ ਸਬੰਧਤ ਹੈ ਪਲਾਸੀ ਦਾ ਜੁੱਧ ਨਾਲ ਪਲਾਸੀ ਦੇ ਜੁੱਧ ਨਾਲ ਕੌਣ ਸਬੰਧਤ ਨਹੀਂ ਸੀਗਾ ਜੀ ਤਾਂ 95 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ ਹیدرਾਲੀ ਨਹੀਂ ਸਬੰਧਤ ਸੀ ਕਿਹੜਾ ਇਲਾਕਾ ਦੀਵਾਨ ਪ੍ਰਥਾ ਦੀਵਾਨੀ ਪ੍ਰਥਾ ਦਾ ਹਿੱਸਾ ਨਹੀਂ ਸੀਗਾ ਤਾਂ ਕਿਹੜਾ ਇਲਾਕਾ ਦੀਵਾਨੀ ਪ੍ਰਥਾ ਦਾ ਹਿੱਸਾ ਨਹੀਂ ਸੀਗਾ ਜੀ ਤਾਂ 96 ਦਾ ਸਹੀ ਆਨਸਰ ਹੈ ਅਬਦ ਸਥਾਈ ਵਿਵਸਥਾ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਸਥਾਈ ਵਿਵਸਥਾ ਜਾਂ ਸਥਾਈ ਬੰਦੋਬਸਤ ਜਾਂ ਪਰਮਾਨੈਂਟ ਸੈਟਲਮੈਂਟ ਜਿਹਨੂੰ ਆਪਾਂ ਕਹਿੰਦੇ ਆ ਤੇ ਇਹਦਾ ਇਹਦਾ ਪ੍ਰਬੰਧ ਕਦੋਂ ਕੀਤਾ ਗਿਆ ਸੀਗਾ 97 ਨੰਬਰ ਦਾ ਸਹੀ ਆਨਸਰ ਤੁਹਾਡਾ ਹੈਗਾ ਜੀ 201793 ਦੇ ਵਿੱਚ ਲਾਰਡ ਵੈਲਜ਼ਲੇ ਵੈਲਜ਼ਲੇ ਇੱਥੇ ਠੀਕ ਹੈ ਆਹ ਹੋਵੇ ਸਹੀ ਆਨਸਰ ਪਿਆ ਵੈਲਜ਼ਲੇ ਵੈਲਸਲੇ ਪਾਇਆ ਹੋਇਆ ਹੈ ਨੋ ਐਸ ਪਾਲਸੀ ਲਈ ਜਾਣਿਆ ਜਾਂਦਾ ਹੈ ਕਿਹੜੀ ਪਾਲਸੀ ਉਹਨੇ ਲਾਗੂ ਕੀਤੀ ਸੀ ਲਾਰਡ ਵੈਲਜ਼ਲੇ ਨੇ ਤਾਂ ਵੈਲਜ਼ਲੀ ਨੇ ਜਿਹੜੀ 98 ਦੇ ਕੁਐਸਚਨ ਦਾ ਆਨਸਰ ਤੁਹਾਡਾ ਬਣਦਾ ਜੀ ਸੀ ਉਪਸੰਗੀ ਗਠਜੋੜ ਹਨਾ ਉਪਸੰਗੀ ਗਠਜੋੜ ਆ ਜਿਹੜਾ ਨੇ ਉਹ ਸ਼ੁਰੂ ਕੀਤਾ ਸੀ ਜਿਹਨੂੰ ਆਪਾਂ ਕਹਿੰਦੇ ਆ ਸਬਸਿਡਰੀ ਅਲਾਈਅੰਸਸ ਐ ਇਹਦੇ ਨਾਲ ਤੁਹਾਨੂੰ ਯਾਦ ਆ ਜਾਊਗਾ ਇੰਗਲਿਸ਼ ਚ ਪੜ੍ਹ ਕੇ ਅੱਗੇ ਦੇਖੋ ਜੀ 99 ਨੰਬਰ ਪ੍ਰਸ਼ਨ ਦਾ ਆਨਸਰ ਤੁਹਾਡਾ ਤਾਂ 99 ਨੰਬਰ ਪ੍ਰਸ਼ਨ ਹੈ ਜੀ ਪੰਜਾਬ ਤੇ ਚੜ੍ਹਾਈ ਕੀਤੀ ਗਈ ਸੀ ਤਾਂ ਲਾਰਡ ਲਹੌਜੀ ਦੇ ਦੁਆਰਾ ਕੀਤੀ ਗਈ ਸੀ ਹਨਾ ਬੀ ਆਨਸਰ ਸਹੀ ਹੈ ਤੁਹਾਡਾ 99 ਦਾ ਇਹਦੀ ਨਿਗਾ ਸੀ ਕਿ ਪੰਜਾਬ ਨੂੰ ਜਿਹੜਾ ਹੈਗਾ ਅੰਗਰੇਜ਼ੀ ਰਾਜ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ 100 ਨੰਬਰ ਦੇਖੋ ਜੀ ਮੇਠ ਵਿਖੇ ਵਿਰੋਧ ਕਦੋਂ ਆਰੰਭ ਹੋਇਆ ਤਾਂ ਕਦੋਂ ਆਰੰਭ ਹੋਇਆ ਜੀ 100 ਨੰਬਰ ਪ੍ਰਸ਼ਨ ਦਾ ਤੁਹਾਡਾ ਸਹੀ ਆਨਸਰ ਹੈ 10 ਮਈ 1857 ਨੂੰ ਮੰਗਲਪਾਣਡੇ ਨੇ ਜਦੋਂ ਚਰਬੀ ਵਾਲੇ ਕਾਰਤੂਸਾਂ ਤੋਂ ਇਨਕਾਰ ਕਰਤਾ ਸੀ ਅੱਗੇ ਦੇਖੋ ਜੀ ਕਿਹੜੀ ਆਰਮੀ ਨੇ 1857 ਦੇ ਵਿਸ਼ਾਲ ਵਿਦਰੋਹ ਦੀ ਤਸਦੀਕ ਕੀਤੀ ਸੀ 1457 ਦੇ ਵਿਦਰੋਧ ਦੀ ਤਸਦੀਕ ਕਿਹੜੀ ਆਰਮੀ ਨੇ ਕੀਤੀ ਸੀ ਤਾਂ 101 ਦਾ ਆਨਸਰ ਤੁਹਾਡਾ ਹੈਗਾ ਜੀ ਬੰਗਾਲ ਆਰਮੀ ਨੇ ਸਤੀ ਪ੍ਰਥਾ ਦੇ ਵਿਰੁੱਧ ਕਿਸ ਨੇ ਚੋਸਤੀ ਨਾਲ ਕੰਮ ਕੀਤਾ 102 ਨੰਬਰ ਦਾ ਸਹੀ ਆਨਸਰ ਹੈ ਜੀ ਤੁਹਾਡਾ RAM MOHAN RAI ਦਵਿੰਦਰਨਾਥ ਟੈਗੋਰ ਨੇ ਸ਼ੁਰੂਆਤ ਕੀਤੀ ਸੀ ਤਾਂ ਕਾਦੀ ਸ਼ੁਰੂਆਤ ਕੀਤੀ ਸੀ ਜੀ 103 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ ਤਾਤੀਵਾ ਬਦੋਨੀ ਸਭਾ ਦੀ ਸੀ ਅਨਸਰ ਸਹੀ ਸੀ ਤੁਹਾਡਾ ਅੱਗੇ ਹੈ ਜੀ 104 ਨੰਬਰ ਸਵਾਮੀ ਦਇਆਨੰਦ ਦੇ ਕੰਮ ਦੱਸੋ ਤਾਂ ਦਇਆਨੰਦ ਦੇ ਕੰਮ ਕੀ ਹੈ ਜੀ 104 ਨੰਬਰ ਦੇ ਵਿੱਚ ਉਹਨਾਂ ਨੇ ਸਤਿਆਰਥ ਪ੍ਰਕਾਸ਼ ਦਾ ਗ੍ਰੰਥ ਜਿਹੜਾ ਲਿਖਿਆ ਇਸ ਨਾਮ ਦਾ ਗ੍ਰੰਥ ਦੀ ਰਚਨਾ ਕੀਤੀ ਹੈ ਅਲੀਗੜ੍ਹ ਲਹਿਰ ਨਾਲ ਕੌਣ ਸਬੰਧਤ ਹੈ ਜੀ ਤਾਂ ਉਹ ਕੌਣ ਸਬੰਧਤ ਹੈ ਸਰ ਸ਼ਾਹ ਅਲੀ ਅਹਿਮਦ 105 ਨੰਬਰ ਦਾ ਅਨਸਰ ਤੁਹਾਡਾ ਹੈਗਾ ਜੀ ਏ सय्यਦ ਅਹਿਮਦ ਖਾਨ ਠੀਕ ਹੈ ਜੀ ਅੱਗੇ ਦੇਖੋ ਜੀ 106 ਨੰਬਰ ਬੀ ਆਰ ਅੰਬੇਦਕਰ ਕਿਸ ਖੇਤਰ ਨਾਲ ਸੰਬੰਧਤ ਹੈ ਜੀ ਕਿਸ ਖੇਤਰ ਦੇ ਨਾਲ ਸੰਬੰਧਤ ਸੀਗੇ ਜੀ 106 ਦਾ ਸਹੀ ਆਨਸਰ ਤੁਹਾਡਾ ਬੀ ਮਹਾਰਾਸ਼ਟਰ ਦੇ ਨਾਲ ਸੰਬੰਧਤ ਸੀਗੇ ਇਹ ਹਫਤਾਵਾਰ ਮੂਕ ਨਾਇਕ ਦੀ ਸ਼ੁਰੂਆਤ ਕੀਤੀ ਗਈ ਸੀ ਜੀ ਹਫਤਾਵਾਰ ਇੱਕ ਅਖਬਾਰ ਹੁੰਦਾ ਸੀ ਜਿਹਨੂੰ ਮੂਕ ਨਾਇਕ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਉਹਨੂੰ ਸ਼ੁਰੂ ਕਿਹਨੇ ਕੀਤਾ ਸੀਗਾ ਤਾਂ ਉਹ ਕੀਤਾ ਸੀ ਜੀ ਡਾਕਟਰ ਬੀ ਆਰ ਅੰਬੇਦਕਰ ਨੇ ਬੀ ਆਪਸ਼ਨ ਤੁਹਾਡੀ ਸਹੀ ਹੈ ਦੀ 107 ਨੰਬਰ ਦੀ ਅੱਗੇ ਆ ਗਿਆ ਜੀ 108 ਨੰਬਰ ਭਾਰਤੀ ਨੈਸ਼ਨਲ ਕਾਂਗਰਸ ਦਾ ਪਹਿਲਾ ਸੈਸ਼ਨ ਕਿੱਥੇ ਹੋਇਆ ਸੀਗਾ ਤਾਂ 108 ਦਾ ਸਹੀ ਆਨਸਰ ਤੁਹਾਡਾ ਹੈਗਾ ਜੀ ਬੀ ਬੰਬਈ ਦੇ ਵਿੱਚ ਹੋਇਆ ਸੀ ਪਹਿਲਾ ਸੈਸ਼ਨ ਕਾਂਗਰਸ ਦਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਕਈ ਵਾਰੀ ਆਈਐਨਸੀ ਵੀ ਆ ਜਾਂਦਾ ਠੀਕ ਹੈ ਤਾਂ ਇਹਨਾਂ ਧਿਆਨ ਚ ਰੱਖਣਾ ਆਈਐਨਸੀ ਇੰਡੀਅਨ ਨੈਸ਼ਨਲ ਕਾਂਗਰਸ ਠੀਕ ਹੈ ਅੱਗੇ ਦੇਖੋ ਜੀ ਭਾਰਤ ਵਿੱਚ ਡਰੇਨ ਸਿਧਾਂਤਾਂ ਨਾਲ ਕੌਣ ਪਛਾਣਿਆ ਜਾਂਦਾ ਹੈ 109 ਦਾ ਤੁਹਾਡਾ ਆਨਸਰ ਡਰੇਨ ਵੈਲਥ ਥਿਊਰੀ ਹੈ ਜਿਹੜੀ ਇਹ ਦਿੱਤੀ ਸੀਗੀ ਠੀਕ ਹੈ 109 ਦਾ ਸਹੀ ਆਨਸਰ ਤੁਹਾਡਾ ਮੰਨਦਾ ਜੀ ਬੀ ਦਾਦਾਬਾਈ ਨਰੋਜੀ ਇਹਨੇ ਡਰੇਨ ਵੈਲਥ ਆਫ ਥਿਉਰੀ ਦਿੱਤੀ ਸੀਗੀ ਕਿ ਜਿਹੜੀ ਮਣੀ ਆ ਉਹ ਕਿਵੇਂ ਬਾਹਰ ਜਾ ਰਹੀ ਹੈ ਕਿਵੇਂ ਅੰਗਰੇਜ਼ ਲੈ ਜਾ ਰਹੇ ਆ ਕੱਚਾ ਮਾਲ ਇੱਥੋਂ ਲਿਜਾ ਕੇ ਉਹਨੂੰ ਉਹਦੇ ਤੋਂ ਪ੍ਰੋਡਕਟ ਤਿਆਰ ਕਰਕੇ ਤੇ ਫਿਰ ਆ ਕੇ ਆਪਣੇ ਭਾਰਤ ਦੇ ਵਿੱਚ ਹੀ ਵੇਚ ਦਿੰਦੇ ਆ ਇਹਨੂੰ ਕਹਿੰਦੇ ਡਰੇਨ ਵੈਲਥ ਥਿਉਰੀ ਟੈਕਸ ਦੇ ਨਾਲ ਆਮਦਨ ਮੁੜ ਕੇ ਵੇਚ ਕੇ ਆਮਦਨ ਵੱਧ ਕੀਮਤ ਦੇ ਵਿੱਚ ਅੱਗੇ ਹੈ ਜੀ ਕਾਮਾਗਾਟਾ ਮਾਰੂ ਤਾਂ ਕਾਮਾਗਾਟਾ ਮਾਰੂ ਕੀ ਸੀਗਾ ਜੀ ਇਹ 110 ਦਾ ਤੁਹਾਡਾ ਸਹੀ ਆਨਸਰ ਇੱਕ ਜਾਪਾਨੀ ਸਮੁੰਦਰੀ ਜਹਾਜ਼ ਸੀਗਾ ਠੀਕ ਹੈ ਜੀ ਕੈਨੇਡਾ ਦੇ ਵੱਲ ਜਾਂਦਾ ਸੀ ਕਈ ਵਾਰੀ ਕੈਨੇਡਾ ਤੇ ਵੇਖ ਕੇ ਉਹਨਾਂ ਟੱਕ ਲਾ ਦਿਓ ਉਹਨਾਂ ਕੈਨੇਡਾ ਵਾਲੀ ਘਟਨਾ ਇਹਦੇ ਨਾਲ ਰਿਲੇਟਡ ਹੈ ਪਰ ਜਾਪਾਨੀ ਜਹਾਜ਼ ਸੀ ਇਹ ਅੱਗੇ ਦੇਖੋ ਜੀ ਗਦਰ ਲਹਿਰ ਨਾਲ ਕੌਣ ਜੁੜਿਆ ਹੋਇਆ ਹੈ 111 ਦਾ ਤੁਹਾਡਾ ਸਹੀ ਆਨਸਰ ਹੈ ਜੀ ਸੀ ਕਰਤਾਰ ਸਿੰਘ ਸਰਾਬਾ ਅੱਗੇ ਹੈ ਜੀ ਅਪ੍ਰੈਲ 1919 ਵਿੱਚ ਪੰਜਾਬ ਦਾ ਲੈਫਟੀਨੈਂਟ ਗਵਰਨਰ ਕੌਣ ਸੀ ਤਾਂ 112 ਨੰਬਰ ਦਾ ਸਹੀ ਆਨਸਰ ਹੈ ਜੀ ਤੁਹਾਡਾ ਮਾਈਕਲੋਡ ਵਾਇਰ ਠੀਕ ਹੈ ਜੀ ਅੱਗੇ ਆਜੋ ਜੀ 113 ਨੰਬਰ ਪ੍ਰਸ਼ਨ ਕਿਸ ਨੇ ਜਲਿਆਂਵਾਲਾ ਬਾਗ ਦੇ ਨਰ ਸੰਹਾਰ ਨੂੰ ਪ੍ਰਤੀਕੂਲ ਅਤੇ ਸੋਚਿਆ ਵਿਚਾਰਿਆ ਨਰ ਸੰਹਾਰ ਕਿਆ ਕੋਲਡ ਐਂਡ ਕੈਲਕੂਲੇਟਰ ਮੈਕਸ ਸੌਰੀ ਠੀਕ ਹੈ ਜੀ ਤਾਂ 113 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ ਡੀ ਸੀ ਐਫ ਐਂਡਰਿਊ ਨੇ ਕਿਹਾ ਹੈ ਹੇਠਾਂ ਦਿੱਤੇਆਂ ਵਿੱਚੋਂ ਕੌਣ ਪੰਜਾਬ ਨਾਲ ਸਬੰਧ ਰੱਖਦਾ ਸੀ ਕੌਣ ਰੱਖਦਾ ਸੀ ਪੰਜਾਬ ਦੇ ਨਾਲ ਸਬੰਧ ਤਾਂ 114 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ ਸਤਪਾਲ ਡਾਕਟਰ ਸਤਪਾਲ ਤੇ ਡਾਕਟਰ ਬੀਸੀ ਪਾਲ ਤੇ ਡਾਕਟਰ ਸੈਫੁਦੀਨ ਕਿਚਲੀ ਕਿਚਲੂ ਕਿਲਚੀ ਪਾਇਆ ਬੈਥੇ ਨਾ ਇਹ ਵੈਸੇ ਕਿਚਲੂ ਹੈਗਾ ਆਹ ਸਹੀ ਹੈ ਠੀਕ ਹੈ ਤਾਂ ਏ ਤੇ ਸੀ ਦੋਨੇ ਤਾਂ ਡੀ ਆਪਸ਼ਨ ਆਪਣੀ ਸਹੀ ਆ ਜੂਗੀ ਜੀ ਠੀਕ ਹੈ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਨਾ ਇਹ ਰੋਲਟੈਕਟ ਦਾ ਵਿਰੋਧ ਕਰਦੇ ਤੇ ਜਲਾਵਲੇ ਵਾਗ ਦੇ ਵਿੱਚ ਇਕੱਠ ਹੁੰਦਾ ਹੈ ਇਹਨਾਂ ਨੂੰ ਰਿਹਾ ਕਰਾਉਣ ਦੇ ਲਈ ਤੇ ਫਿਰ ਉੱਥੇ ਗੋਲੀ ਚਲਾਈ ਜਾਂਦੀ ਹੈ ਅੰਗਰੇਜ਼ਾਂ ਦੁਆਰਾ ਐਡਵਾਇਰ ਦੁਆਰਾ ਅਸਹਿਯੋਗ ਅੰਦੋਲਨ ਕਦੋਂ ਸ਼ੁਰੂ ਹੋਇਆ 115 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ 1 ਅਗਸਤ 1920 ਨੂੰ ਠੀਕ ਹੈ ਜੀ ਡਾਂਡੀ ਮਾਰਚ ਦਾ ਤੁਰਾ ਕੀ ਸੀਗਾ ਜੀ 116 ਨੰਬਰ ਦਾ ਤੁਹਾਡਾ ਸਹੀ ਆਨਸਰ ਹੈ ਜੀ অপਸ਼ਨ ਡੀ ਨਮਕ ਨਮਕ ਕਾਨੂੰਨ ਤੋੜਿਆ ਸੀ ਇਹਨਾਂ ਨੇ ਉਦੋਂ ਹਨਾ ਡਾਂਡੀ ਮਾਰਚ ਕਰਕੇ ਮਹਾਤਮਾ ਗਾਂਧੀ ਜੀ ਨੇ ਅੱਗੇ ਹੈ ਜੀ ਭਾਰਤ ਛੱਡੋ ਅੰਦੋਲਨ ਜਾਂ ਭਾਰਤ ਛੱਡੋ ਮਤਾ ਕਦੋਂ ਪਾਸ ਕੀਤਾ ਗਿਆ ਤਾਂ 117 ਦਾ ਏ ਜਿਹੜਾ ਹੈਗਾ 8 ਅਗਸਤ 1942 ਨੂੰ ਜਿਹੜਾ ਇਹ ਮਤਾ ਪਾਸ ਕੀਤਾ ਗਿਆ ਅੱਗੇ ਹੈ ਜੀ 118 ਦਾ ਆਈ ਐਨਏ ਕੈਦੀਆਂ ਦੇ ਬਚਾਅ ਵਿੱਚ ਕੌਣ ਆਏ ਸਨ ਤਾਂ ਕੌਣ ਆਏ ਸੀਗੇ ਜੀ ਤਾਂ 118 ਦਾ ਤੁਹਾਡਾ ਸਹੀ ਆਨਸਰ ਹੈਗਾ ਜੀ ਡੀ ਇਹ ਸਾਰੇ ਹੀ ਆਏ ਸੀਗੇ ਹੈਨਾ ਪਾਲੂਬਾਈ ਦਸਾਈ ਆਏ ਸੀ ਜਵਾਰਲਾਲ 네ਹਰੂ ਆਏ ਸੀ ਟੀ ਵੀ ਸਪਰੂ ਆਏ ਸੀ ਇਹਨਾਂ ਨੇ ਕੇਸ ਲੜੇ ਸੀ ਬਾਅਦ ਦੇ ਵਿੱਚ ਇਨਨ ਨੂੰ ਰਿਹਾ ਆਕਰੌਣ ਦੇ ਲਈ ਅੰਦੋਲਨ ਸ਼ੁਰੂ ਕੀਤਾ ਸੀ ਆਈ ਐਨ ਇੰਡੀਅਨ ਨੈਸ਼ਨਲ ਆਰਮੀ ਸੁਭਾਸ਼ ਚੰਦਰ ਬੋਸ ਦੀ ਆਜ਼ਾਦ ਹਿੰਦ ਫੌਜ ਜਿਹਨੂੰ ਆਪਾਂ ਕਹਿੰਦੇ ਆ ਅੱਗੇ ਆ ਜੀ 119 ਨੰਬਰ ਪ੍ਰਸ਼ਨ ਇਹਦੇ ਵਿੱਚ ਭਾਰਤ ਵਿੱਚ ਆਰਜੀ ਸਰਕਾਰ ਦਾ ਮੁਖੀ ਕੌਣ ਸੀ ਤਾਂ ਭਾਰਤ ਦੇ ਵਿੱਚ ਆਰਜੀ ਸਰਕਾਰ ਦਾ ਮੁਖੀ ਕੌਣ ਸੀਗਾ ਜੀ ਜਵਾਹਰ ਲਾਲ ਨਹਿਰੂ ਸੀਗਾ ਜੀ ਅੱਗੇ ਆ ਜੀ ਭਾਰਤ ਵਿੱਚ ਲਾਰਡ ਵੈਵਲ ਤੋਂ ਬਾਅਦ ਵਾਇਸਰਾਏ ਕੌਣ ਬਣਿਆ ਜੀ 120 ਨੰਬਰ ਦਾ ਸਹੀ ਆਨਸਰ ਤੁਹਾਡਾ ਹੈਗਾ ਜੀ ਲਾਰਡ ਲੁਇਸ ਮਾਉਂਟ ਬੈਟਨ ਉਸ ਤੋਂ ਬਾਅਦ ਦੇ ਵਿੱਚ ਆ ਜੀ ਪਾਕਿਸਤਾਨ ਹੋਣ ਦੇ ਵਿੱਚ ਆਇਆ 121 ਨੰਬਰ ਪ੍ਰਸ਼ਨ ਦਾ ਤੁਹਾਡਾ ਸਹੀ ਆਨਸਰ ਹੈ ਜੀ 14 ਅਗਸਤ 1947 ਨੂੰ ਤੇ ਆਪਾਂ ਨੂੰ ਆਜ਼ਾਦੀ ਮਿਲੀ ਹੈ 15 ਅਗਸਤ 1947 ਨੂੰ ਸੋ ਇਹਦੀ ਬੀ ਆਪਸ਼ਨ ਤੁਹਾਡੀ ਸਹੀ ਹੈ ਜੀ 122 ਨੰਬਰ ਪ੍ਰਸ਼ਨ ਹੈ ਜੀ ਸਤੰਤਰਤਾ ਸਮੇਂ ਮਹਾਤਮਾ ગાંધી ਕਿੱਥੇ ਸੀਗਾ ਤਾਂ ਮਹਾਤਮਾ ગાંધી ਉਦੋਂ ਕਿੱਥੇ ਸੀ ਜਦੋਂ ਦੇਸ਼ ਆਜ਼ਾਦ ਹੁੰਦਾ ਹੈ ਤਾਂ 122 ਦਾ ਸਹੀ ਆਨਸਰ ਹੈ ਜੀ ਤੁਹਾਡਾ ਸੀ ਕਲਕੱਤੇ ਦੇ ਵਿੱਚ ਸੀ ਉੱਥੇ ਦੰਗੇ ਹੋ ਰਹੇ ਸੀ ਤੇ ਦੰਗਿਆਂ ਨੂੰ ਰੋਕ ਰਹੇ ਸੀ ਮਹਾਤਮਾ ગાંધી ਜੀ ਹਿੰਦੂ ਮੁਸਲਮਾਨਾਂ ਨੂੰ ਲੜਨ ਤੋਂ ਰੋਕ ਰਹੇ ਸੀ ਅੱਗੇ ਆ ਜੀ 123 ਜੇ ਉਸ ਦੰਗਿਆਂ ਦੇ ਵਿੱਚ ਸਭ ਤੋਂ ਵੱਧ ਦੁੱਖ ਮਹਿਸੂਸ ਕੀਤਾ ਤਾਂ ਉਹ ਮਹਾਤਮਾ ਗਾਂਧੀ ਜੀ ਸੀਗੇ ਜਿਨ੍ਹਾਂ ਨੇ ਸਭ ਤੋਂ ਵੱਧ ਦੁੱਖ ਮਹਿਸੂਸ ਕੀਤਾ ਕਿ ਇੰਨੇ ਭੜੇ ਹਾਲਾਤਾਂ ਦੀ ਆਜ਼ਾਦੀ ਹੈ ਜਿਹੜੀ ਉਹ ਸਾਨੂੰ ਨਹੀਂ ਚਾਹੀਦੀ ਸੀ ਬਾਜ ਧੰਨਹਿਰੂ ਵਰਗੇ ਨੇ ਵੀ ਕਹਤਾ ਸੀ ਅੱਗੇ ਦੇਖੋ 123 ਨੰਬਰ ਪ੍ਰਸ਼ਨ ਭਾਰਤੀ ਨੈਸ਼ਨਲ ਕਾਂਗਰਸ ਨੇ 7 ਅਗਸਤ 1947 ਨੂੰ ਸਤਿਆਗ੍ਰਹਿ ਮਹਿੰਮ ਕਿੱਥੇ ਚਲਾਈ ਸੀਗੀ ਜੀ 123 ਦੇ ਵਿੱਚ ਤੁਹਾਡਾ ਸਹੀ ਆਨਸਰ ਹੈ ਜੀ ਹైదరాబాద్ ਦੇ ਵਿੱਚ ਏ ਆਪਸ਼ਨ ਸਹੀ ਹੈ ਜੀ ਉਸ ਤੋਂ ਅੱਗੇ 124 ਨੰਬਰ ਪ੍ਰਸ਼ਨ ਦੇਖਦੇ ਹਾਂ ਜੀ ਕਹਿੰਦੇ ਕਿ ਬੀਪੀ ਮੈਨਨ ਸਕੱਤਰ ਸੀ ਬੀਪੀ ਮੈਨਨ ਹੈ ਜਿਹੜਾ ਉਹ ਸੈਕਟਰੀ ਸੀਗਾ ਸੀ ਰਾਜਕਪਾਲਾਚਾਰੀਆ ਦਾ ਮੈਂ ਆਪਸ਼ਨਾਂ ਪੜ੍ਹਨ ਲੱਗ ਗਿਆ ਸੀ ਸੌਰੀ ਬੀਵੀ ਪਟੇਲ ਦਾ ਜਨਾਹ ਦਾ ਜਾਂ ਜਵਾਰਲਾਲ ਨਹਿਰੂ ਦਾ ਨਾ ਤਾਂ 124 ਦਾ ਤੁਹਾਡਾ ਸਹੀ ਆਨਸਰ ਹੈ ਜੀ ਬੀ ਸਰਦਾਰ ਬੀਵੀ ਪਟੇਲ ਦਾ ਬੱਲਭ ਬਾਈ ਪਟੇਲ ਦਾ ਜਿਹੜਾ ਸੈਕਟਰੀ ਸੀਗਾ ਸਕੱਤਰ ਸੀ ਬੀਪੀ ਮੈਨਨ ਅੱਗੇ ਲੈਨੇ ਆ ਜੀ 125 ਨੰਬਰ ਪ੍ਰਸ਼ਨ ਇਹਦੇ ਵਿੱਚ ਕਿਹਾ ਗਿਆ ਕਿ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਕਦੋਂ ਲਾਗੂ ਹੋਇਆ ਸੀ ਜੀ 125 ਨੰਬਰ ਦਾ ਇਹ ਤੁਹਾਨੂੰ ਮਾਡਰਨ ਹਿਸਟਰੀ ਦੇ ਵਿੱਚ ਆਗੇ ਆਜ਼ਾਦੀ ਤੋਂ ਬਾਅਦ ਦੇ ਹਾਲਾਤ ਵਾਲੇ ਟੌਪਿਕ ਲੈਕਚਰਸ ਅਸਲੀਵਸ ਦੇ ਅਕੋਰਡਿੰਗ 125 ਦਾ ਤੁਹਾਡਾ ਡੀ ਹੈ ਜੀ 26 ਜਨਵਰੀ 1950 ਨੂੰ 126 ਨੰਬਰ ਪ੍ਰਸ਼ਨ ਦੇਖੋ ਜੀ ਇਹਦੇ ਵਿੱਚ ਪੁਨਰ ਉਤਪਤੀ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਈ ਸੀ ਤਾਂ 126 ਦਾ ਤੁਹਾਡਾ ਸਹੀ ਆਨਸਰ ਇਹਨਾਂ ਦੇ ਆਪਸ਼ਨਾਂ ਦੇ ਵਿੱਚੋਂ ਬਣਦਾ ਜੀ ਬੀ ਇਟਲੀ ਦੇ ਵਿੱਚ ਸ਼ੁਰੂ ਹੋਈ ਸੀ ਪੁਨਰ ਉਤਪਤੀ ਜਾਂ ਜਨ ਨੂੰ ਰੀਨੇਸੈਂਸ ਕਿਹਾ ਜਾਂਦਾ ਜੇ ਨਾ ਸਮਝ ਆਵੇ ਨਾ ਇੰਗਲਿਸ਼ ਜ਼ਰੂਰ ਪੜ੍ਹ ਲੈਣਾ ਇਹਨੂੰ ਪੁਨਰ ਜਾਗਰਣ ਦੇ ਨਾਂ ਨਾਲ ਵੀ ਆਪਾਂ ਜਾਣਦੇ ਹਾਂ ਤੇ ਵਰਲਡ ਹਿਸਟਰੀ ਸ਼ੁਰੂ ਹੋ ਗਈ ਤੁਹਾਡੀ ਇਹ ਠੀਕ ਹੈ ਜੀ ਅੱਗੇ ਦੇਖੋ ਜੀ ਆਪਣਾ ਹੈਗਾ ਪ੍ਰਸ਼ਨ ਮੋਨਾ ਲੀਸਾ ਦੁਆਰਾ ਕਿਸ ਨੂੰ ਯਾਦ ਕੀਤਾ ਗਿਆ ਸੀ ਮੋਨਾਲੀਸਾ ਦੁਆਰਾ ਕਿਸ ਨੂੰ ਯਾਦ ਕੀਤਾ ਗਿਆ ਸੀ ਤਾਂ 127 ਦਾ ਬੀ ਲੀਨਾਰਡੋ ਦਾ ਵੈਂਸੀ ਨੂੰ ਅੱਗੇ ਹੈ ਜੀ ਪੁਨਰਗਠਨ ਨਾਲ ਕੌਣ ਜੁੜਿਆ ਹੋਇਆ ਹੈ ਤਾਂ ਪੁਨਰਗਠਨ ਦੇ ਨਾਲ ਕੌਣ ਜੁੜਿਆ ਹੋਇਆ ਹੈ ਰਿਫਾਰਮੇਸ਼ਨ ਦੇ ਨਾਲ ਕੌਣ ਜੁੜਿਆ ਹੋਇਆ ਹੈ ਜੀ ਤਾਂ 128 ਦਾ ਤੁਹਾਡਾ ਇਹਨਾਂ ਚ ਸਹੀ ਆਨਸਰ ਬਣਦਾ ਹੈ ਜੀ ਡੀ ਮਾਰਟਨ ਲੂਥਰ ਠੀਕ ਹੈ ਜੀ ਇਹ ਸਾਰੀ ਤੁਹਾਨੂੰ 월ਡ ਹਿਸਟਰੀ ਆ ਗਈ ਵੀਡੀਓ ਪਈਆਂ ਆਪਣੀਆਂ 월ਡ ਹਿਸਟਰੀ ਦੀਆਂ ਬਿਲਕੁਲ ਆ ਸਾਰੇ ਕੁਐਸਚਨ ਹੀ ਬਣ ਜਾਣਗੇ ਤੁਹਾਡੇ ਥਿਊਰੀ ਟਾਈਪ ਨੋਟਸ ਦੀਆਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਲਓ ਠੀਕ ਆ 월ਡ ਹਿਸਟਰੀ ਦੀਆਂ ਡਿਸਕ੍ਰਿਪਸ਼ਨ ਦੇ ਵਿੱਚ ਪਈਆਂ ਸਾਰੀਆਂ ਪਲੇਲਿਸਟਾਂ ਅੱਗੇ ਆ ਜੀ 129 ਨੰਬਰ ਪੋਪ ਕਿਸ ਚਰਚ ਨਾਲ ਸੰਬੰਧ ਰੱਖਦਾ ਜੀ ਤਾਂ 129 ਦਾ ਏ ਆ ਜਿਹੜਾ ਕੈਥੋਲਿਕ ਚਰਚ ਦੇ ਨਾਲ ਸੰਬੰਧ ਰੱਖਦਾ ਜੀ ਫ੍ਰੈਂਚ ਅੰਦੋਲਨ ਸਮੇ ਫ੍ਰਾਂਸ ਤੇ ਕੌਣ ਰਾਜ ਕਰਦਾ ਸੀ ਤਾਂ ਫ੍ਰੈਂਚ ਮੂਵਮੈਂਟ ਸਮੇ ਫ੍ਰਾਂਸ ਤੇ ਕੌਣ ਰਾਜ ਕਰਦਾ ਸੀਗਾ ਜੀ ਤਾਂ 130 ਦਾ ਸੀ ਆਫ ਆਪਸ਼ਨ ਹੈ ਜਿਹੜੀ ਤੁਹਾਡੀ ਲੁਈਸ 16ਵਾਂ ਇਹ ਸਹੀ ਆਪਸ਼ਨ ਹੈ ਅੱਗੇ ਆਜੋ ਜੀ 131 ਦਾ ਇਹ ਤੁਹਾਨੂੰ ਫਰੈਂਚ ਰੈਵੋਲੂਸ਼ਨ ਫਰਾਂਸ ਦੀ ਕ੍ਰਾਂਤੀ ਨਾਲ ਰਿਲੇਟਡ ਟਾਪਿਕ ਆ ਗਿਆ ਨਾ ਟੈਨਸਕੋਰਟ ਸੋਂ ਸੰਬੰਧਤ ਹੈ ਟੈਨਸਕੋਰਟ ਓਥ ਹੈ ਜਿਹੜੀ ਇਹ ਕਿਹਦੇ ਨਾਲ ਸੰਬੰਧਤ ਹੈ ਜੀ 131 ਦਾ ਇਹ ਨੈਸ਼ਨਲ ਅਸੈਂਬਲੀ ਦੇ ਨਾਲ ਅੱਗੇ ਆਜੋ ਜੀ 132 ਦਾ ਹੈ ਇੱਥਾਂ ਵਿੱਚ ਦਿੱਤਿਆਂ ਵਿੱਚੋਂ ਕਿਹੜਾ ਫਰੈਂਚ ਅੰਦੋਲਨ ਦੇ ਨਾਲ ਗੂੜ੍ਹ ਸੰਬੰਧ ਹੈ 132 ਦਾ ਤੁਹਾਡਾ ਸਹੀ ਆਨਸਰ ਇਹਨਾਂ ਚੋਂ ਬਣਦਾ ਜੀ ਸੀ ਬੈਸਟ ਅੱਗੇ ਆ ਜੀ ਆਪਣਾ 133 ਨੰਬਰ ਪ੍ਰਸ਼ਨ ਜਿਹਦੇ ਵਿੱਚ ਕਹਿੰਦੇ ਕਿ ਦਹਿਸ਼ਤ ਦੀ ਪ੍ਰਭੂਤਾ ਦੌਰਾਨ ਕੌਣ ਪ੍ਰਮੁੱਖ ਸੀ ਤਾਂ 135 ਦਾ ਤੁਹਾਡਾ ਇਹਨਾਂ ਦੇ ਵਿੱਚੋਂ ਸਹੀ ਆਨਸਰ ਬਣਦਾ ਜੀ ਅ ਰਾਬਸਪੇਰ ਠੀਕ ਹੈ ਰਾਬਸਪੇਰ ਸਹੀ ਆਨਸਰ ਬਣਦਾ ਆਪਣਾ ਰੀਜ਼ਨ ਟੂ ਟੈਰਰ ਦੇ ਵਿੱਚੋਂ ਅੱਗੇ ਹੈ ਜੀ ਤੁਹਾਡਾ 134ਵਾਂ ਕੁਐਸਚਨ ਨਪੋਲੀਅਨ ਬੋਨਾਪਾਰਟ ਨੇ ਮਹੱਤਵ ਪ੍ਰਾਪਤ ਕੀਤਾ ਸੀ ਤਾਂ ਇਹਦੇ ਵਿੱਚੋਂ ਤੁਹਾਡਾ ਸਹੀ ਆਨਸਰ ਬਣਦਾ ਜੀ ਦੀ ਡਾਇਰੈਕਟਰੀ ਵਿੱਚ ਠੀਕ ਹੈ ਇਹ ਤੁਹਾਡਾ ਸਹੀ ਆਨਸਰ ਬਣਦਾ ਅੱਗੇ ਹੈ ਜੀ ਆਪਣਾ 135 ਨੰਬਰ ਪ੍ਰਸ਼ਨ ਗਲੂਟੇਨ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਗਲੂਟੇਨ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਜੀ 135 ਦਾ ਤੁਹਾਡਾ ਇਹਨਾਂ ਚੋਂ ਸਹੀ ਆਨਸਰ ਬਣਦਾ ਹੈ ਫਾਂਸੀ ਦੇ ਨਾਲ ਠੀਕ ਹੈ ਜੀ ਅੱਗੇ ਆ ਜੀ ਮੈਰੀ ਐਂਟੈਨੋ ਕੌਣ ਸੀ ਤਾਂ 136 ਦਾ ਤੁਹਾਡਾ ਸਹੀ ਆਨਸਰ ਇਹਨਾਂ ਦੇ ਵਿੱਚੋਂ ਬਣਦਾ ਜੀ অপਸ਼ਨ ਸੀ ਇਹ ਰਾਣੀ ਸੀਗੀ ਜੀ ਉਸ ਤੋਂ ਅੱਗੇ ਚੱਲਦੇ ਹਾਂ ਜੀ 137 ਨੰਬਰ ਪ੍ਰਸ਼ਨ ਤੇ ਉਦਯੋਗ ਕ੍ਰਾਂਤੀ ਦੀ ਸ਼ੁਰੂਆਤ ਨਾਲ ਕਿਹੜਾ ਦੇਸ਼ ਜੁੜਿਆ ਹੋਇਆ ਹੈ 137 ਦਾ ਤੁਹਾਡਾ ਸਹੀ ਆਨਸਰ ਬਣਦਾ ਜੀ ਇਹ ਇੰਗਲੈਂਡ ਜੁੜਿਆ ਹੋਇਆ ਇੰਗਲੈਂਡ ਦੇ ਵਿੱਚ ਆਉਂਦੀ ਹੈ ਨਾ ਇਹ ਜਿਹੜੀ ਇੰਡਸਟਰੀਅਲ ਰੈਵਿਊਲੂਸ਼ਨ ਆ ਠੀਕ ਹੈ ਉਦਯੋਗ ਕ੍ਰਾਂਤੀ ਦੇ ਨਾਮ ਨਾਲ ਜਾਣਦੇ ਆਪਾਂ ਅੱਗੇ ਆ ਜੀ 138 ਦਾ ਤੁਹਾਡਾ ਹੈਗਾ ਮਸ਼ੀਨਰੀ ਨੂੰ ਭਾਪ ਪ੍ਰਦਾਨ ਕਰਨ ਦੇ ਪ੍ਰਯੋਗ ਨਾਲ ਕੌਣ ਜੁੜਿਆ ਹੋਇਆ ਹੈ ਤਾਂ 138 ਦਾ ਸਹੀ ਆਨਸਰ ਤੁਹਾਡਾ ਹੈ ਜੀ ਜੇਮਸ ਵਾਟ ਅੱਗੇ ਆ ਜੀ ਰੇਲਵੇ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਿੱਥੇ ਹੋਈ ਸੀ ਤਾਂ ਰੇਲਵੇ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਿੱਥੇ ਹੋਈ ਸੀਗੀ ਤਾਂ ਉਹ ਹੋਈ ਸੀ ਜੀ ਇੰਗਲੈਂਡ ਦੇ ਵਿੱਚ ਬੀ ਆਪਸ਼ਨ ਤੁਹਾਡੀ ਸਹੀ ਹੈ ਇਹਦੇ ਚ 139 ਚੋਂ ਅੱਗੇ ਆਗੇ ਜੀ 140 ਨੰਬਰ ਤੇ ਮੈਂਚੈਸਟਰ ਸ਼ਹਿਰ ਇਸ ਦੇ ਕੇਂਦਰ ਦੇ ਤੌਰ ਤੇ ਉੱਭਰਿਆ ਹੈ 140 ਦਾ ਤੁਹਾਡਾ ਸਹੀ ਆਨਸਰ ਬਣਦਾ ਜੀ ਡੀ ਉਦਯੋਗ ਉਸ ਤੋਂ ਬਾਅਦ ਆਉਂਦਾ ਜੀ ਤੁਹਾਡਾ 141 ਨੰਬਰ ਪ੍ਰਸ਼ਨ Karl Marx ਨੇ ਉਸ ਦੇ ਕੰਮ ਲਈ ਜਾਣਿਆ ਜਾਂਦਾ ਹੈ ਤਾਂ ਕਿਹੜੇ ਕੰਮ ਲਈ ਜਾਣਿਆ ਜਾਂਦਾ ਤਾਂ ਉਹਨੇ ਕਿਹੜੀ ਬੁੱਕ ਲਿਖੀ ਸੀ ਜੀ ਤਾਂ Karl Marx ਦਾ 141 ਆਨਸਰ ਦਾ ਕੈਪੀਟਲ ਠੀਕ ਹੈ ਜੀ ਜਾਂ ਦਾਸ ਕੈਪੀਟਲ ਦੇ ਨਾਮ ਨਾਲ ਵੀ ਆਪਾਂ ਨੂੰ ਜਾਣਦੇ ਹਾਂ ਅੱਗੇ ਜੀ 142 ਨੰਬਰ ਦਿੱਤਿਆਂ ਵਿੱਚੋਂ ਕਿਸ ਨੇ ਸਹਿਰਦ ਸੰਧੀ ਨੂੰ ਅਪਣਾਇਆ ਸੀ ਤਾਂ 142 ਦਾ ਤੁਹਾਡਾ ਸਹੀ ਆਨਸਰ ਬਣਦਾ ਜੀ ਡੀ ਐਂਗਲੋ ਫ੍ਰੈਂਚ ਨੇ ਠੀਕ ਹੈ ਸਿਹਰਦ ਸੰਧੀ ਨੂੰ ਅਪਣਾਇਆ ਸੀ ਜਿਹੜੀ ਸੰਧੀ ਹੈ ਭਾਵੇਂ ਸਿਹਰਦ ਸੰਧੀ ਦੇ ਨਾਮ ਨਾਲ ਜਾਣੀ ਜਾਂਦੀ ਆਰਕੋਡਯੂਕ ਫਰਦੀਨੰਡ ਦਾ ਸਬੰਧ ਸੀ ਤਾਂ ਕੀ ਦੇ ਨਾਲ ਸੰਬੰਧ ਸੀ ਜੀ 143 ਦਾ ਇਹਦੇ ਚੋਂ ਬਣਦਾ ਤੁਹਾਡਾ ਬੀ ਆਸਟਰੋ ਹੰਗਰੀ ਸਾਮਰਾਜ ਦੇ ਨਾਲ ਸੁਤੰਤਰ ਰੱਖਦਾ ਸੀ ਇਹ ਅੱਗੇ ਆ ਜੀ 144 ਨੰਬਰ ਪ੍ਰਸ਼ਨ ਅਮਰੀਕਾ ਪਹਿਲੇ ਵਿਸ਼ਵ ਯੁੱਧ ਵਿੱਚ ਕਦੋਂ ਸ਼ਾਮਲ ਹੋਇਆ ਤਾਂ ਕਦੋਂ ਸ਼ਾਮਲ ਹੋਇਆ ਸੀ ਜੀ 144 ਦਾ ਡੀ 1917 ਦੇ ਵਿੱਚ ਤੇ ਯੁੱਧ ਕਦੋਂ ਸ਼ੁਰੂ ਹੋਇਆ ਸੀ 1914 ਦੇ ਵਿੱਚ ਠੀਕ ਹੈ ਜੀ ਅੱਗੇ ਆਜੋ ਜੀ 145 ਨੰਬਰ ਪ੍ਰਸ਼ਨ 145 ਨੰਬਰ ਦੇ ਵਿੱਚ ਕਹਿੰਦੇ ਕਿ 1917 ਵਿੱਚ ਕਿਸ ਦੇਸ਼ ਨੇ ਅੰਦੋਲਨ ਦਾ ਅਨੁਭਵ ਕੀਤਾ ਸੀ ਤਾਂ 145 ਦਾ ਤੁਹਾਡਾ ਸਹੀ ਆਪਸ਼ਨ ਬਣਦੀ ਹੈ ਜੀ ਬੀ ਰੂਸ ਨੇ ਇੱਥੇ ਕ੍ਰਾਂਤੀ ਆ ਗਈ ਸੀ ਨਾ ਰੂਸ ਦੀ ਉਹਨੂੰ ਕਿਹਾ ਗਿਆ ਇਹਨਾਂ ਨੇ ਉਹਨੂੰ ਦੱਸਿਆ ਕਿ ਕ੍ਰਾਂਤੀ ਆ ਗਈ ਸੀ ਵਰਲਡ ਵਾਰ ਦੇ ਵਿੱਚ ਸਮੀ ਤੇ ਫਿਰ ਰੂਸ ਆ ਜਿਹੜਾ ਵਰਲਡ ਵਾਰ ਦੇ ਵਿੱਚੋਂ ਬਾਹਰ ਹੋ ਗਿਆ ਸੀ ਜਦੋਂ ਇੱਥੇ ਰੈਵਿਉਲਟਰੀ ਆ ਗਈ ਸੀ ਅੱਗੇ ਜੀ ਪਹਿਲੇ ਵਿਸ਼ਵ ਜੰਦ ਸਮੇ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ 146 ਦਾ ਤੁਹਾਡਾ ਸਹੀ ਆਨਸਰ ਬਣਦਾ ਜੀ ਸੀ ਬੁਡਰੋ ਬੈਲਸਨ ਅੱਗੇ ਜੀ ਮੀਨ ਕੈਫ ਦਾ ਲੇਖਕ ਕੌਣ ਹੈ ਮੀਨ ਕੈਫ ਦਾ ਲੇਖਕ ਕੌਣ ਹੈ ਜੀ 147 ਦਾ ਸਹੀ ਆਨਸਰ ਹੈ ਜੀ ਐਡੋਲਫ ਹਿਟਲਰ ਨੇ ਲਿਖੀ ਹੈ ਇਹ ਅੱਗੇ ਜੀ 148 ਨੰਬਰ ਦੂਸਰਾ ਵਿਸ਼ਵ ਯੁੱਧ ਕਦੋਂ ਸ਼ੁਰੂ ਹੋਇਆ ਤਾਂ ਕਦੋਂ ਸ਼ੁਰੂ ਹੋਇਆ ਜੀ 148 ਦਾ ਤੁਹਾਡਾ ਸਹੀ ਆਨਸਰ 1939 ਦੇ ਵਿੱਚ ਉਸ ਤੋਂ ਬਾਅਦ ਚੱਲੋ ਜੀ 1941 ਦੇ ਵਿੱਚ ਇਹ ਕਹਿੰਦੇ ਜੀ ਦੂਸਰੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ ਤਾਂ ਇਹ ਕੁਐਸਚਨ ਤਾਂ ਮਾਸਟਰ ਕੀਟ ਦੇ ਵਿੱਚ ਵੀ ਸਾਰੇ ਵਾਰੀ ਆਉਂਦਾ ਹੈ 149 ਦਾ ਸੀ ਐਫ ਡੀ ਰੂਜ਼ਵੇਲਟ ਠੀਕ ਹੈ ਜੀ ਐਫ ਡੀ ਰੁਸਵੈਲਟ ਆ ਜਿਹੜਾ ਉਹ ਅਮਰੀਕਾ ਦਾ ਰਾਸ਼ਟਰਪਤੀ ਸੀ ਦੂਜੇ ਵਿਸ਼ਵ ਯੁੱਧ ਦੌਰਾਨ ਕਿਸ ਦੇਸ਼ ਨੇ ਪਰਲ ਹਾਰਬਰ ਤੇ ਹਮਲਾ ਕੀਤਾ ਪਰਲ ਹਾਰਬਰ ਤੇ ਹਮਲਾ ਕਿਸ ਨੇ ਕੀਤਾ ਸੀ ਤੁਹਾਡਾ ਲਾਸਟ ਪ੍ਰਸ਼ਨ ਤਾਂ ਉਹ ਕੀਤਾ ਸੀ ਜੀ ਜਾਪਾਨ ਨੇ ਜਦੋਂ ਜਾਪਾਨ ਨੇ ਪਰਲ ਹਾਰਬਰ ਤੇ ਹਮਲਾ ਕਰਤਾ ਤਾਂ ਫਿਰ ਅਮਰੀਕਾ ਨੇ ਇੱਥੇ ਦੋ ਪਰਮਾਣੂ ਬੰਬ ਸਿੱਟੇ ਸੀ ਹੈਨਾ ਸੋ ਇਹ ਸੀਗਾ ਤੁਹਾਡਾ ਪੇਪਰ ਤੇ ਇਹ ਪੇਪਰ ਤੁਹਾਨੂੰ ਟੈਲੀਗ੍ਰam ਤੇ ਮਿਲ ਜੂਗਾ ਜੀ ਠੀਕ ਹੈ ਤੇ WhatsApp ਦੇ ਗਰੁੱਪ ਚ ਵੀ ਮਿਲ ਜੂਗਾ ਤੇ ਤੁਹਾਨੂੰ ਜਿਹੜਾ ਹੈਗਾ Telegram ਦੇ ਵਿੱਚ ਤੁਸੀਂ ਇਹ ਪੇਪਰ ਨੂੰ ਡਾਊਨਲੋਡ ਕਰ ਸਕਦੇ ਹੋ ਅ ਕੱਲ ਤੱਕ ਅਪਲੋਡ ਹੋ ਜਾਏਗਾ ਇਹ ਸੋ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਤੁਹਾਨੂੰ ਫਿਰ ਦੱਸ ਦਈਏ ਕਿ ਮਾਸਟਰ ਕੈਡਰ ਲੈਕਚਰਰ ਠੀਕ ਹੈ ਜੀ ਹਿਸਟਰੀ ਓਨਲੀ ਹਿਸਟਰੀ ਠੀਕ ਹੈ ਇਹਦੇ ਜਿਹੜੇ ਬੈਚ ਹੈ ਉਹ ਚੱਲ ਰਹੇ ਆ ਫੀਸ ਹੈ ਜਿਹੜੀ ਤੁਹਾਨੂੰ 14 ਫਰਵਰੂਅਰੀ ਤੱਕ 14 ਫਰਵਰੀ 22 ਤੱਕ ਦੋਨਾਂ ਦੇ ਵਿੱਚੋਂ ਹੀ ਜਿਹੜਾ ਹੈਗਾ ਲਗਭਗ ਔਸਤਨ 15% ਜਿਹੜੀ ਡਿਸਕਾਊਂਟ ਤੇ ਜਿਹੜੇ ਬੈਚ ਆ ਉਹ ਮਿਲ ਰਹੇ ਆ ਜੇ ਕਿਸੇ ਨੇ ਜੁਆਇਨ ਕਰਨੇ ਆ ਕਰ ਸਕਦਾ ਤੇ ਬੈਚ ਜੁਆਇਨ ਕਰਨ ਦੇ ਲਈ ਤੁਸੀਂ ਸਾਨੂੰ 90562 76003 ਤੇ ਜਿਹੜਾ ਹੈਗਾ ਵਟਸਐਪ ਕਰ ਸਕਦੇ ਹੋ ਠੀਕ ਹੈ ਜੀ WhatsApp ਕਰ ਸਕਦੇ ਹੋ ਸਾਡੇ ਨਾਲ ਜਾਣਕਾਰੀ ਲੈ ਸਕਦੇ ਹੋ ਜੁੜ ਸਕਦੇ ਹੋ ਸੋ ਥੈਂਕਸ ਫॉर ਵਾਚਿੰਗ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਠੀਕ ਹੈ ਜੀ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕਸ ਠੀਕ ਹੈ ਜੀ ਹੈਵ ਅ ਨਾਈਸ ਡੇ